তুমরি মেহমা বর্ণনা সাকো তুম ঠাকুর উচ্চ ভগবান তুমরি শরণ তুমারি আশা তুমি সজন সুহেলে রাখো রাখন আর দয়ালা নানক করকে গোলে তুমরি শরণ তুমারি আশা তুমি সজন সুহেলে রাখো রাখন আর দয়ালা নানক করকে গোলে সতনাম ওয়াহিগুরু সাহেব জিও শ্রী রাগ মহলা তীজা যা পির জানে আপনা তন মন অগে তরে সোহাগনী কর্ম কমাবদিয়াঁ সেই কর্ম করে সহজে সাচ মিলা বড়া সাচ বড়াই দে ভাই রে গুরবিন ভগত না হোয়ে বিন গুরু ভগত না পাইয়া যে লুচা সব কোয়ে রাহাও লাখ চৌরাশি ফের পয়া কামন দুজে পায়ে বিন গুরু নিন্দ না আবই দুখী রেণ বিহায়ে বিন শব্দে ফির না পাইয়া বৃথা জন্ম গবায়ে হোঁ হোঁ করতি জগ ফিরি না তন সম্পে নাল অন্ধি নাম না চেতই সব বাদী জমকাল সতগুরু মিলিয়ে তন পায়া হর নাম হৃদয় সমাল নাম রতে সে নির্মলে গুরু কে সহজ সুভায়ে মন তন রাতা রঙ সিও রসনা রসন রসায়ে নানক রঙ না উতরে যো হর তুর ছোড়িয়া লায়ে নাম রতে সে নির্মলে গুর কে সহজ সুভায়ে মন তন রাতা রঙ সিও রসনা রসন রসায়ে নানক রঙ না উতরে যো হর তুর ছোড়িয়া লায়ে ওয়াহিগুরু জি কা খালসা ওয়াহিগুরু জি কি ফতেহ। পরম সৎকারযোগ যুগ যুগ অটল গুরগদ্দী তে সুভাইমান সর্বসাঞ্জী ওয়ালতা দে রহবর নাম কে জাহাজ হলত পলত দে রক্ষক লোক পরলোক দে সহায়ক হাজর নাজর তন 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 সাহেব শ্রী গুরু গ্রন্থ সাহেব জি মহারাজ পাতশাহ জি দে পাবন চরণা অন্দর সুশোভিত হয়ে বেঠে গুরু সুয়ারে গুরু প্যারে সৎসঙ্গী জনো আপ বিড়পা গে হো অমৃতময়ী বাণী দা রস পিনা কীর্তন গুরমুখ প্যারে ভাই সাহেব ভাই ত্রিলোক সিং জি হোরাং দে জথে পাসোঁ আপ বড়ে হি প্যার অদব সহিত শ্রবণ কর রহে সি উপরন্ত গুরমুখ প্যারে পাসোঁ আপ জি নে
ਅੱਜ ਦਾ ਪਾਵਨ ਮੁਖਵਾਕ ਸਰਵਣ ਕੀਤਾ ਹੈ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਲੜੀਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਆਪ ਸਭ ਮਾਈ ਭਾਈ ਮਨਾਂ ਨੂੰ ਗੁਰਚਰਨਾਂ ਦੇ ਵਿੱਚ ਇਕਾਗਰਤ ਕਰੋ, ਸੁਰਤੀਆਂ ਨੂੰ ਗੁਰਸ਼ਬਦ ਨਾਲ ਜੋੜੋ, ਪ੍ਰਭ ਕੀ ਉਸਤਤ ਕਰੋ। ਸੰਤ ਮੀਤ ਸਾਵਧਾਨ ਏਕਾਗਰ ਚੀਤ ਦੇ ਮਹਾਂਵਾਕ ਅਨੁਸਾਰ ਮਨਾਂ ਨੂੰ ਗੁਰਚਰਨਾਂ ਦੇ ਵਿੱਚ ਸਾਵਧਾਨ ਕਰੋ, ਸੁਰਤੀਆਂ ਨੂੰ ਗੁਰਸ਼ਬਦ ਨਾਲ ਜੋੜੋ। ਬੜੇ ਹੀ ਪਿਆਰ ਅਦਬ ਸਹਿਤ ਰਸਪਨੀ ਆਵਾਜ਼ ਵਿੱਚ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਸਰੇ ਗੁਰਦੇਵ ਜੀ ਦੇ ਪਾਵਨ ਮੁਖਾਰਵਿੰਦ ਤੋਂ ਉਚਾਰਨ। ਅੱਜ ਦੇ ਅੰਮ੍ਰਿਤਮਈ ਬਚਨ ਸ੍ਰੀ ਰਾਗ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 31 ਉੱਪਰ ਸੁਸ਼ੋਭਿਤ ਹਨ। ਰਹਾਉ ਦੇ ਬੰਧ ਵਿੱਚ ਸਤਿਗੁਰੂ ਜੀ ਨੇ ਮਿਹਰਾਮਤ ਕੀਤੀ, ਹੇ ਮੇਰੇ ਵੀਰ, ਗੁਰੂ ਤੋਂ ਬਿਨਾਂ ਭਗਤੀ ਨਹੀਂ, ਗੁਰੂ ਤੋਂ ਬਿਨਾਂ ਪ੍ਰਭੂ ਦਾ ਮਿਲਾਪ ਨਹੀਂ। ਭਾਵੇਂ ਕੋਈ ਕਿੰਨੀ ਵੀ ਤੰਗ ਕਰੇ, ਗੁਰੂ ਤੋਂ ਬਿਨਾਂ ਉਹ ਨਾ ਪ੍ਰਭੂ ਦੀ ਭਗਤੀ ਪ੍ਰਾਪਤ ਕਰ ਸਕਦਾ, ਨਾ ਪ੍ਰਭੂ ਨੂੰ ਪ੍ਰਾਪਤ ਕਰ ਸਕਦਾ। ਭਾਈ ਰੇ, ਗੁਰ ਬਿਨ ਭਗਤ ਨਾ ਹੋਏ, ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੈ ਸਭ ਕੋਏ ਰਹਾਉ। ਭਾਈ ਰੇ, ਗੁਰ ਬਿਨ ਭਗਤ ਨਾ ਹੋਏ, ਗੁਰੂ ਤੋਂ ਬਿਨਾਂ ਪ੍ਰਭੂ ਦੀ ਭਗਤੀ ਨਹੀਂ। ਕੋਈ ਮਨੁੱਖ ਕਹੇ ਗੁਰੂ ਨੇ ਕਹਿਣਾ ਪ੍ਰਭੂ ਦਾ ਨਾਮ ਜਪ, ਮੈਂ ਘਰੇ ਬੈਠ ਕੇ ਜਪ ਲੈਂਦਾ, ਕੀ ਲੋੜ ਹੈ ਗੁਰੂ ਵਾਲੇ ਬਣਨ ਦੀ, ਨਾਮ ਹੀ ਜਪਣੇ। ਹਜ਼ਾਰਾਂ ਲੋਕ ਘਰੇ ਬੈਠੇ ਜਪ ਰਹੇ ਨੇ, ਮੈਂ ਵੀ ਜਪ ਲੈਂਦਾ, ਗੁਰਦੁਆਰੇ ਬਹਿ ਕੇ ਜਪ ਲੈਂਦਾ, ਗੁਰੂ ਵਾਲੇ ਬਣਨ ਦੀ ਕੀ ਲੋੜ ਹੈ। ਸਤਿਗੁਰੂ ਪਾਤਸ਼ਾਹ ਨੇ ਬਾਣੀ 'ਚ ਬਚਨ ਕੀਤਾ, ਮਨੁੱਖ ਜਿੰਨਾ ਮਰਜ਼ੀ ਤੋਂ ਸਿਆਣਾ ਹੋ, ਗੁਰੂ ਦੇ ਗਿਆਨ ਤੋਂ ਬਿਨਾਂ ਅਣਜਾਣਾ ਹੀ ਹੈ। ਇੱਥੇ ਤੇ ਗੁਰੂ ਦੇ ਗਿਆਨ ਤੋਂ ਬਿਨਾਂ ਚੰਗੇ ਚੰਗੇ ਸਿਆਣੇ ਡੁੱਬ ਗਏ। ਗੁਰ ਕੀ ਮਤ ਤੂੰ ਲੇਹ ਇਆਣੇ, ਭਗਤ ਬਿਨਾਂ ਬਹੁਤ ਡੁੱਬੇ ਸਿਆਣੇ, ਤੇ ਕਈ ਸਿਆਣੇ ਡੁੱਬ ਗਏ। ਗੁਰੂ ਤੋਂ ਬਿਨਾਂ ਨਾ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ, ਨਾ ਅੱਜ ਤੀਕਰ ਕਿਸੇ ਨੇ ਪ੍ਰਭੂ ਨੂੰ ਪਾਇਆ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਗੁਰੂ ਤੋਂ ਬਿਨਾਂ ਨਾ ਕਿਸੇ ਨੇ ਪ੍ਰਭੂ ਨੂੰ ਪਾਇਆ, ਨਾ ਹੀ ਕੋਈ ਪਾ ਸਕਦਾ। ਗੁਰੂ ਹੀ ਤੇ ਇੱਕ ਸਾਧਨ ਹੈ ਪ੍ਰਭੂ ਤੱਕ ਪਹੁੰਚਣ ਦਾ। ਇਸ ਤਰ੍ਹਾਂ ਕਹੋ ਕਿ ਗੁਰੂ ਦੇ ਇੱਕ ਹੱਥ ਦੇ ਵਿੱਚ ਸਿੱਖ ਦਾ ਹੱਥ ਹੈ, ਤੇ ਗੁਰੂ ਦੇ ਦੂਸਰੇ ਹੱਥ ਦੇ ਵਿੱਚ ਪ੍ਰਭੂ ਦਾ ਹੱਥ ਹੈ। ਗੁਰੂ ਕੀ ਕਰਦਾ ਹੈ, ਸਿੱਖ ਦੇ ਹੱਥ ਨੂੰ ਪ੍ਰਭੂ ਦੇ ਹੱਥ ਵਿੱਚ ਮਿਲਾ ਦਿੰਦਾ ਹੈ। ਇਹ ਗੁਰੂ ਦਾ ਕੰਮ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਨੂੰ ਕਿਹਾ ਪੁੱਲ, ਗੁਰੂ ਪੁੱਲ ਹੈ, ਗੁਰੂ ਸੇਤੂ ਹੈ, ਸੇਤੂ ਮੈਨੇ ਪੁੱਲ। ਤੇ ਪੁੱਲ ਦਾ ਕੀ ਕੰਮ ਹੈ? ਪੁੱਲ ਦਾ ਇੱਕ ਸਿਰਾ ਦਰਿਆ ਦੇ ਇਸ ਕਿਨਾਰੇ ਤੇ ਹੈ, ਤੇ ਪੁੱਲ ਦਾ ਦੂਸਰਾ ਸਿਰਾ ਦਰਿਆ ਦੇ ਦੂਸਰੇ ਕਿਨਾਰੇ ਤੇ ਹੈ। ਪੁੱਲ ਮੁਸਾਫਿਰ ਨੂੰ ਦਰਿਆ ਦੇ ਇਸ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਪਹੁੰਚਾ ਦਿੰਦਾ ਹੈ। ਬਸ ਗੁਰੂ ਵੀ ਉਹ ਪੁੱਲ ਹੈ, ਗੁਰੂ ਸੇਤੂ ਹੈ। ਗੁਰੂ ਦਾ ਇੱਕ ਸਿਰਾ ਇਸ ਸੰਸਾਰ ਵਿੱਚ ਹੈ, ਤੇ ਗੁਰੂ ਦਾ ਦੂਸਰਾ ਸਿਰਾ ਨਿਰੰਕਾਰ ਦੇ ਘਰ ਵਿੱਚ ਹੈ। ਗੁਰੂ ਕੀ ਕਰਦਾ ਹੈ, ਜੀਵ ਨੂੰ ਸੰਸਾਰ ਘਰ ਵਿੱਚੋਂ ਚੁੱਕ ਕੇ ਨਿਰੰਕਾਰ ਦੇ ਘਰ ਪਹੁੰਚਾ ਦਿੰਦਾ ਹੈ। ਗੁਰੂ ਪੁੱਲ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ, ਗੁਰਮੁਖ ਬੰਧਿਓ ਸੇਤ ਵਿਧਾਤਾ ਹੈ। ਸੇਤ ਮੈਨੇ ਸੇਤੂ, ਸੇਤੂ ਮੈਨੇ ਪੁੱਲ, ਵਿਧਾਤਾ ਮੈਨੇ ਵਿਧੀਆਂ ਕੱਢਣ ਵਾਲੇ। ਰੱਬ ਨੇ ਗੁਰੂ ਪੁੱਲ ਕਾਇਮ ਕਰ ਦਿੱਤਾ, ਗੁਰੂ ਪੁੱਲ ਬੰਨ ਦਿੱਤਾ, ਕਿ ਜਿੰਨੇ ਮੇਰੇ ਤੱਕ ਪਹੁੰਚਣੇ ਹੁਣ ਗੁਰੂ ਪੁੱਲ ਦੇ ਰਾਹੀਂ ਆਉਣਾ ਪੈਣਾ। ਗੁਰੂ ਤੋਂ ਬਿਨਾਂ ਕਿਸੇ ਪ੍ਰਭੂ ਨੂੰ ਨਹੀਂ ਪਾਇਆ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਉਸ ਪ੍ਰਭੂ ਨੇ ਆਪਣੇ ਆਪ ਨੂੰ ਗੁਰੂ 'ਚ ਟਿਕਾਇਆ ਹੋਇਆ ਹੈ। ਇਸ ਤਰ੍ਹਾਂ ਕਹਿ ਲਓ ਕਿ ਪ੍ਰਭੂ ਦਾ ਸਰਗੁਣ ਰੂਪ ਗੁਰੂ ਹੈ, ਤੇ ਗੁਰੂ ਦਾ ਨਿਰਗੁਣ ਰੂਪ ਪ੍ਰਭੂ ਹੈ। ਗੁਰਬਾਣੀ ਵਿੱਚ ਅਸੀਂ ਇੱਕ ਅਕਸਰ ਬਚਨ ਪੜ੍ਹਦੇ ਹਾਂ, ਜਿਵੇਂ ਜਿਵੇਂ ਸਾਇੰਸ ਦੀ ਖੋਜ ਵਧੀ, ਉਵੇਂ ਉਵੇਂ
ਗੁਰਬਾਣੀ ਦੀ ਵਿਚਾਰਧਾਰਾ ਹੋਰ ਨਿਖਰ ਕੇ ਪੇਸ਼ ਹੋਈ। ਇਹਦਾ ਮਤਲਬ ਇਹ ਨਹੀਂ ਸਾਨੂੰ ਕਿਸੇ ਸਾਇੰਸ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ, ਗੁਰਬਾਣੀ ਮਹਾਨ ਹੈ। ਪਰ ਸਾਡੇ ਵਰਗੇ ਮਨਾਂ ਨੂੰ ਅੱਜ ਸਮਝ ਪੈ ਰਹੀ ਹੈ, ਜਿਵੇਂ ਜਿਵੇਂ ਦੁਨਿਆਵੀ ਹੋਰ ਗ੍ਰੰਥ ਜਿਹੜੇ ਰੱਦ ਹੁੰਦੇ ਚਲੇ ਗਏ, ਕੰਡੈਮ ਹੁੰਦੇ ਚਲੇ ਗਏ, ਉਵੇਂ ਉਵੇਂ ਗੁਰਬਾਣੀ ਦੀ ਵਿਚਾਰਧਾਰਾ ਹੋਰ ਨਿਖਰ ਕੇ ਪੇਸ਼ ਹੋਈ। ਸਮਝ ਆਉਣ ਲੱਗੀ ਸਾਨੂੰ ਕਿ ਗੁਰੂ ਸਾਹਿਬ ਤੇ ਇੰਨੇ ਸਾਲ ਪਹਿਲਾਂ ਕਹਿ ਗਏ, 500 ਸਾਲ ਪਹਿਲਾਂ ਕਹਿ ਗਏ। ਇੱਕ ਗੁਰਬਾਣੀ ਦੀ ਪੰਕਤੀ ਹੈ, ਚੰਦ ਸੂਰਜ ਦੁਏ ਦੀਪਕ ਰੱਖੇ, ਸੱਸ ਕਰ ਸੂਰ ਸਮਾਈਦਾ। ਸੱਸ ਮੈਨੇ ਚੰਦਰਮਾ, ਸੂਰ ਮੈਨੇ ਸੂਰਜ, ਚੰਦਰਮਾ ਦੇ ਘਰ ਵਿੱਚ ਸੂਰਜ ਸਮਾਇਆ ਹੋਇਆ ਹੈ, ਚੰਦਰਮਾ ਦੇ ਵਿੱਚ ਸੂਰਜ ਸਮਾਇਆ ਹੋਇਆ। ਇਸ ਪੰਕਤੀ ਦੇ ਅਰਥ ਗੋਲਮੋਲ ਕੀਤੇ ਜਾਂਦੇ ਸਨ, ਕਦੀ ਹੋ ਸਕਦਾ ਏਡਾ ਵੱਡਾ ਸੂਰਜ ਚੰਦਰਮਾ 'ਚ ਸਮਾ ਜਾਏ। ਹਾਂ, ਸਾਇੰਸ ਨੇ ਖੋਜ ਕੀਤੀ, ਦੁਨੀਆਂ ਨੂੰ ਦੱਸ ਦਿੱਤਾ ਕਿ ਚੰਦਰਮਾ ਦੀ ਆਪਣੀ ਰੋਸ਼ਨੀ ਕੋਈ ਨਹੀਂ ਹੈ, ਚੰਦਰਮਾ ਉਸੇ ਤਰ੍ਹਾਂ ਜ਼ਮੀਨ ਹੈ ਜਿਵੇਂ ਸਾਡੀ ਧਰਤੀ ਦੀ ਜ਼ਮੀਨ ਹੈ। ਸਾਡੀ ਜ਼ਮੀਨ ਦੇ ਵਿੱਚੋਂ ਕੋਈ ਰੋਸ਼ਨੀ ਨਹੀਂ ਨਿਕਲਦੀ, ਚੰਦਰਮਾ ਦੀ ਜ਼ਮੀਨ ਤੋਂ ਵੀ ਕੋਈ ਰੋਸ਼ਨੀ ਨਹੀਂ ਨਿਕਲਦੀ। ਹਾਂ, ਦੂਰ ਸੂਰਜ ਦੀ ਧੁੱਪ ਚੰਦਰਮਾ ਦੀ ਜ਼ਮੀਨ 'ਤੇ ਪੈਂਦੀ ਹੈ। ਇਸ ਧਰਤੀ 'ਤੇ ਵਸਣ ਵਾਲੇ ਲੋਕ ਰਾਤ ਨੂੰ ਜਦੋਂ ਚੰਦਰਮਾ ਦੇ ਉੱਪਰ ਸੂਰਜ ਦੀ ਚਮਕ ਦੀ ਧੁੱਪ ਦੇਖਦੇ ਨੇ, ਇਸ ਤਰ੍ਹਾਂ ਲੱਗਦਾ ਜਿਵੇਂ ਚੰਦਰਮਾ ਦੀ ਰੋਸ਼ਨੀ ਹੈ, ਸੂਰਜ ਦੀ ਧੁੱਪ ਨਾਲ ਚਮਕਦੀ ਉਹਦੀ ਜ਼ਮੀਨ। ਅੱਜ ਸਾਇੰਟਿਸਟ ਇਹ ਗੱਲ ਕਹਿ ਰਹੇ ਨੇ, ਚੰਦਰਮਾ ਦੀ ਆਪਣੀ ਰੋਸ਼ਨੀ ਨਹੀਂ, ਸੂਰਜ ਦੀ ਰੋਸ਼ਨੀ ਨਾਲ ਚਮਕਦਾ। ਸਤਿਗੁਰੂ 500 ਸਾਲ ਪਹਿਲਾਂ ਕਹਿ ਗਏ ਮਾਰੂ ਰਾਗ ਵਿੱਚ, ਚੰਦ ਸੂਰਜ ਦੋਏ ਦੀਪਕ ਰਾਖੇ, ਸੱਸ ਕਰ ਸੂਰ ਸਮਾਈਂਦਾ। ਚੰਦਰਮਾ ਵਿੱਚ ਸੂਰਜ ਸਮਾਇਆ ਹੋਇਆ ਹੈ, ਅਤੇ ਇਹਦੇ ਅਰਥ ਇੰਨੇ ਹੀ ਨਹੀਂ ਸੀ, ਇਹਦੇ ਪਿੱਛੇ ਇੱਕ ਭਾਵ ਅਰਥ ਸੀ। ਭਾਵ ਅਰਥ ਕੀ ਸੀ? ਇਹ ਸਿੱਖਾ ਯਾਦ ਰੱਖ, ਸੂਰਜ ਵੱਲ ਦੇਖਿਆ ਨਹੀਂ ਜਾ ਸਕਦਾ, ਸਾਡੀਆਂ ਅੱਖਾਂ ਦੀ ਤਾਕਤ ਨਹੀਂ, ਸਮਰੱਥਾ ਨਹੀਂ ਸਦਾ ਸੂਰਜ ਨੂੰ ਦੇਖ ਸਕੀਏ, ਅੱਖਾਂ ਚੁੰਦਿਆ ਜਾਣਗੀਆਂ। ਤਪਸ਼ ਜਿਹੜੀ ਸਾਡੇ ਕਾਰਨੀਆਂ ਨੂੰ ਸਾੜ ਦੇਗੀ, ਸਾਡੇ ਅੱਖਾਂ ਦਾ ਕਾਰਨੀਆਂ ਸੜ ਜਾਏਗਾ, ਅੰਨੀਆਂ ਹੋ ਸਕਦੀਆਂ ਨੇ ਅੱਖਾਂ, ਸੂਰਜ ਵੱਲ ਸਿੱਧਾ ਨਹੀਂ ਦੇਖਿਆ ਜਾ ਸਕਦਾ, ਪਰ ਚੰਦਰਮਾ ਵੱਲ ਜ਼ਰੂਰ ਸਿੱਧਾ ਦੇਖਿਆ ਜਾ ਸਕਦਾ। ਅਤੇ ਚੰਦਰਮਾ ਨੂੰ ਦੇਖਿਆ 'ਤੇ ਅੱਖਾਂ ਨੂੰ ਠੰਡਕ ਮਿਲਦੀ ਹੈ, ਸ਼ੀਤਲਤਾ ਮਿਲਦੀ ਹੈ। ਪ੍ਰਭੂ ਸੂਰਜ ਹੈ, ਸਾਡੇ ਕੋਲ ਇੰਨੀ ਸਮਰੱਥਾ ਨਹੀਂ ਸਿੱਧਾ ਪ੍ਰਭੂ ਨੂੰ ਦੇਖ ਸਕੀਏ, ਸਾਡੇ ਕੋਲ ਇੰਨੀ ਤਾਕਤ ਨਹੀਂ, ਸਾਡੀਆਂ ਅੱਖਾਂ ਦੀ ਇੰਨੀ ਸਮਰੱਥਾ ਨਹੀਂ ਸਿੱਧਾ ਰੱਬ ਨੂੰ ਦੇਖ ਸਕਣ, ਚੁੰਦਿਆ ਜਾਣਗੀਆਂ ਅੱਖਾਂ, ਏਡਾ ਮਹਾਨ ਪ੍ਰਕਾਸ਼। ਹਾਂ, ਗੁਰੂ ਦੇ ਦਰਸ਼ਨ ਕੀਤੇ ਜਾ ਸਕਦੇ ਨੇ, ਅਤੇ ਗੁਰੂ ਦੇ ਦਰਸ਼ਨ ਕੀਤਿਆਂ ਅੰਦਰ ਠੰਡ ਮਿਲਦੀ ਹੈ, ਸ਼ੀਤਲਤਾ ਮਿਲਦੀ ਹੈ। ਜਿਵੇਂ ਜਿਵੇਂ ਗੁਰੂ ਦੇ ਨੇੜੇ ਜਾਈਦਾ, ਉਵੇਂ ਉਵੇਂ ਠੰਡ ਵੱਧਦੀ ਚਲੀ ਜਾਂਦੀ ਹੈ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਜਿਵੇਂ ਜਿਵੇਂ ਗੁਰੂ ਦੇ ਨੇੜੇ ਜਾਣਾ, ਅੰਦਰ ਠੰਡ ਪੈਂਦੀ ਚਲੀ ਜਾਂਦੀ ਹੈ, ਗੁਰੂ ਨੂੰ ਦੇਖ ਕੇ ਨਿਹਾਲ ਹੋ ਜਾਈਦਾ। ਪ੍ਰਭੂ ਸੂਰਜ ਹੈ, ਪ੍ਰਭੂ ਵੱਲ ਸਿੱਧਾ ਦੇਖਣਾ ਔਖ ਹੈ, ਗੁਰੂ ਚੰਦਰਮਾ ਹੈ, ਗੁਰੂ ਦੇ ਦਰਸ਼ਨ ਕੀਤੇ ਜਾ ਸਕਦੇ ਨੇ। ਜਿਹਨੇ ਰੱਬ ਦੇ ਦਰਸ਼ਨ ਕਰਨੇ ਨੇ ਉਹਨੂੰ ਗੁਰੂ ਵਿੱਚੋਂ ਕਰਨੇ ਪੈਣਗੇ। ਚੰਦਰਮਾ ਦੇ ਵਿੱਚੋਂ ਸੂਰਜ ਨਜ਼ਰ ਆਏਗਾ, ਸੱਸ ਕਰ ਸੂਰ ਸਮਾਏਗਾ, ਜਿਵੇਂ ਚੰਦਰਮਾ 'ਚ ਸੂਰਜ ਸਮਾਇਆ, ਗੁਰੂ ਵਿੱਚ ਹੀ ਤਾਂ ਪ੍ਰਭੂ ਸਮਾਇਆ ਹੋਇਆ। ਪ੍ਰਭੂ ਨਾ ਦੇਖ ਸਕੇ, ਗੁਰੂ ਦੇ ਦੀਦਾਰ ਕਰ ਲਈ, ਗੁਰੂ ਵਿੱਚੋਂ ਰੱਬ ਦਿਸ ਜਾਏਗਾ, ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓਨ, ਉਸ ਪ੍ਰਭੂ ਨੇ ਆਪਣੇ ਆਪ ਨੂੰ ਗੁਰੂ 'ਚ ਟਿਕਾਇਆ ਹੋਇਆ ਹੈ। ਪ੍ਰਭੂ ਨਿਰਗੁਣ ਹੈ, ਜਿਹਦਾ ਰੂਪ ਰੇਖ ਰੰਗ ਆਕਾਰ ਕੁਛ ਨਹੀਂ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈਗੁਣ ਤੇ ਪ੍ਰਭਿੰਨ। ਉਸ ਪ੍ਰਭੂ ਨੇ ਆਪਣੇ ਬੋਲ ਸਾਡੇ ਤੱਕ ਪਹੁੰਚਾਉਣੇ ਨੇ ਕਿਵੇਂ ਪਹੁੰਚਾਏ? ਉਹ ਤੇ ਨਿਰਗੁਣ ਹੈ ਨਾ। ਫਿਰ ਪ੍ਰਭੂ ਕੀ ਕਰਦਾ? ਗੁਰੂ ਸਰਗੁਣ ਨੂੰ ਵਰਤ ਕੇ ਆਪਣੇ ਬੋਲ ਦੁਨੀਆਂ ਤੱਕ ਪਹੁੰਚਾ ਦਿੰਦਾ ਹੈ। ਜਦੋਂ ਬਾਣੀ ਆਈ ਨਿਰਗੁਣ ਦੀ, ਸਰਗੁਣ ਦੇ ਜ਼ਰੀਏ ਆਈ, ਤਾਂ ਹੀ ਗੁਰੂ ਸਾਹਿਬਾਨਾਂ ਨੇ ਇਹ ਨਹੀਂ ਕਿਹਾ ਬਾਣੀ ਸਾਡੀ, ਉਹਨਾਂ ਕਹਿ ਦਿੱਤਾ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਇਹ ਖਸਮ ਦੇ ਬੋਲ ਨੇ ਸਾਡੇ ਥੋੜ੍ਹੇ ਨੇ, ਇਹ ਨਿਰਗੁਣ ਦੇ ਬੋਲ ਨੇ। ਇਹ ਤੇ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਸਾਡੇ ਬੋਲ ਨਹੀਂ, ਸਤਿਗੁਰ ਕੀ ਬਾਣੀ। ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ, ਕਰਤੇ ਨੇ ਮੂੰਹ ਕਢਾਏ ਨੇ ਲਵਸ, ਸਾਡੇ ਨਹੀਂ। ਨਿਰਗੁਣ ਦੇ ਬੋਲ ਨੇ ਸਰਗੁਣ ਦੇ ਜ਼ਰੀਏ ਪ੍ਰਗਟ ਹੋਏ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਗੁਰੂ ਦੇ ਵਿੱਚੋਂ ਪ੍ਰਭੂ ਪ੍ਰਗਟ ਹੁੰਦਾ ਹੈ।
इस तरह कह लो प्रभु निर्गुण ते गुरु सरगुण, प्रभु दा सरगुण रूप गुरु, गुरु दा निर्गुण रूप प्रभु। भट्टा ने कह दिता जोत रूप हर आप गुरु नानक कहायो। भाई गुरदास जी ने कह दिता एक बाबा अकाल रूप दूजा रबाबी मरदाना, गुर परमेश्वर एको जान। किवें को हनेरे च कोई मनुख बैठा होवे, सवेर होए सूरज की किरण दरवाजे की चीथ विचों अंदर आ जाए हनेरा दौड़ जाता है रोशनी हो जाती है। हैं इको किरण ने हनेरा कट दिता इन्नी रोशन किरण, ते जिस देश विचों आई है उस देश विच किन्ना प्रकाश होएगा। जाके देखे तो सही कोई उस किरण के रस्ते ते तुरना शुरू कर दे वो एक दिन सूरज तक पहुँच जाता है, क्योंकि सूरज तो आई ना किरण। गुरु का ज्ञान जीवन में रोशनी पैदा करता है। गुरबाणी इस जग मह चानण करम वसै मन आए, कोई गुरबाणी प्रकाश के रस्ते ते तुरना शुरू कर दे एक दिन रब प्रकाश तक पहुँच जाता है। जिहड़ी त्रिभुवन जोत रहे लिबलाई उहदे तक पहुँच जाता है। तो जे कोई किरण के रस्ते ते तुरना शुरू कर दे एक दिन उही किरण सूरज बन जाती है। सूरज तो वख नहीं है, उहदा ही रूप है, उहदा हिस्सा है। कोई गुरु नाल जुड़ जाए गुरु ही एक दिन प्रभु का रूप नज़र आ जाता है, गुरु च ही रब दिस जाता है। ता ही गुरु अमरदास साहब जी ने वचन किए सन वाह वाह बाणी निरंकार है तिस जेवड़ अवरना कोई। जे कहना ना बाणी गुरु गुरु है बाणी, ये भी याद रखी बाणी निरंकार है क्योंकि इहदा आकार नहीं है, निर्गुण रूप ही यही है। सरगुण रूप गुरु ग्रंथ साहब के रूप च साडे सामने है, निर्गुण रूप गुरबाणी प्रभु का ज्ञान है, प्रभु का रूप है, गुरु प्रभु नूं मिलांदा है। यह मनुख गुरु तो बिना रब नूं पाया नहीं जा सकता। भाई रे गुर बिन भगत ना होए, अज दे वचन रहाओ दे बंदे, गुरु तो बिना भगती नहीं। भाई रे गुर बिन भगत ना होए, बिन गुरु भगत ना पाई है, जे लोचै सब कोए, कोई सारी दुनिया तांग करदी फिरे गुरु तो बिना भगती नहीं हो सकती। क्यों नहीं हो सकती? गुरु ने कहना रब का नाम जप, मैं पहले ही जप लेना, लोड़ की गुरु दी? नहीं, गुरु इस तरह नहीं आखदा, गुरु जुगत दिंदा तरकीब दसदा जपना किवें है। आ तैनू टंग दसदे आ, गुरबाणी पढ़ी विचार नहीं तैनू पता लग जाए नाम किवें जपना, सिमरन किवें करना है, भगती किवें करनी है। याद रखियो दो अलग अलग विषय ने, नाम जपना ते सिमरन करना अलग अलग चीज़ां ने दोनों। नाम जपना देखना वे किनू कहंदे ने, भाई कान सिंह नाभा ने व्याख्या की महान कोश विच, नाम अभ्यास चैप्टर है वो। उहदे विच उन्हां एक छोटा जा पहरा दिता, नामी विच प्रेम करके उस दे नाम दे तात्पर्य नूं चिंतन करदे हुए चित वृत्ति विच गुणां दा अभ्यास करना, अभ्यास दी इस परपक्ता दा नाम गुरमत विच लिव ते इस तों प्राप्त हुए नाम रस नूं आनंद लिखिया है। आया चैप्टर नाम जपण दा, नामी विच प्रेम करके जिहदा नाम है उहदे नाल प्रेम होवे। साडे कोई मित्र दा नाम ले चाह चढ़ जांदा है, इह तां मेरा मित्र है, खुशी हुंदी है। ते जे कोई दुश्मन दा नाम ले असीं कहिंदे छड्ड परां उहदा कानूं नाम लैणा सी, दुश्मन दा नाम नहीं सी सुणदे, मित्र दा नाम सुण के खुश हो जांदे आ। जदों कोई प्रभु दा नाम ले खेड़ा आ जाए, नाए सुण नाम सुण मन रहसी है तां पाए मुख द्वार, उहदा नाम सुण के खुशी पैदा हो जाए। सुन सुन नाम तुम्हारा प्रीतम प्रभिखन का चाओ, नाओ सुन मन रहसी है ता पाए मोख द्वार, नाम सुन के खुशी। नामी विच प्रेम करके उस दे नाम दे तात्पर्य दा चिंतन करदे हुए, नाम दा चिंतन मैंने किसी ने कह दिता सुरजीत, कौन सुरजीत पता नहीं, हां एक छोटा बच्चा है सुरजीत। जो सुरजीत नाम लिया बच्चा याद आ गया तो उन्होंने याद किया, किसी ने कहा सुरजीत सिंह एक बुजुर्ग का नाम है वह याद आ गया, ना लिया सुरजीत सिंह एक जवान का नाम है सुरजीत सिंह वह याद आ गया। हूँ तीन सुरजीत सिंह ने, नाम तो किसी का भी हो सकता है, एक का थोड़े है। जे सुरजीत सिंह क्या बच्चा याद आया समझ लो बुजुर्ग तो जवान याद नहीं किया, तो जे बुजुर्ग याद आया फिर बच्चे तो जवान याद नहीं किया। जिदा नाम लिया साढ़े बच्चे का कोई नाम लेंदे साडा उस बच्चे का चेहरा मोहरा गुण सुभाव सारे सामने आ जाते हैं। साडे कोई पिता का नाम लेंदे पिता का चेहरा गुण सुभाव सारा कुछ सामने आ जाता है।
ਜੇ ਕੋਈ ਕਹੇ ਸੁਰਜੀਤ ਕੁਛ ਵੀ ਨਾ ਯਾਦ ਆਏ, ਨਾ ਬੱਚਾ, ਨਾ ਬਜ਼ੁਰਗ, ਨਾ ਜਵਾਨ, ਫਿਰ ਕਿਹਨੂੰ ਯਾਦ ਕੀਤਾ? ਫਿਰ ਤੇ ਬਸ ਕੀ ਹੈ, ਯਾਦ ਥੋੜੇ ਕੀਤਾ। ਜਦੋਂ ਕੋਈ ਵਾਹਿਗੁਰੂ ਕਹੇ, ਕੁਛ ਯਾਦ ਆਇਆ? ਕੋਈ ਰੂਪ, ਕੋਈ ਗੁਣ, ਕੋਈ ਸੁਭਾਅ, ਕੋਈ ਵਿਹਾਰ? ਜੇ ਨਹੀਂ ਯਾਦ ਆਇਆ, ਫਿਰ ਨਹੀਂ ਯਾਦ ਕੀਤਾ। ਪਰ ਜੇ ਵਾਹਿਗੁਰੂ ਦਾ ਨਾਮ ਲਿਆ, ਉਹਦੇ ਗੁਣ ਯਾਦ ਆ ਗਏ ਕਿ ਸੱਚਮੁੱਚ ਉਹ ਇੱਕ ਹੈ, ਉਹ ਕੁੱਲ ਕਾਇਨਾਤ ਵਿੱਚ ਰਵਿਆ ਹੋਇਆ, ਉਹਦਾ ਨਾਮ ਸਦੀਵੀ ਸੱਚਾ, ਸਤਨਾਮ, ਪੈਦਾ ਕਰਨ ਵਾਲਾ ਉਹ ਕਰਤਾਰ ਹੈ, ਡਰਦਾ ਨਹੀਂ ਨਿਰਭਉ ਹੈ, ਵੈਰ ਤੋਂ ਰਹਿਤ ਨਿਰਵੈਰ ਹੈ, ਬਖਸ਼ਿਸ਼ ਕਰਨ ਵਾਲਾ ਹੈ, ਬਖਸ਼ਿੰਦ ਹੈ, ਤਰਸ ਖਾਣ ਵਾਲਾ ਦਿਆਲੂ ਹੈ। ਜੇ ਤੇ ਗੁਣ ਰੂਪ ਆ ਗਏ, ਬਲਕਿ ਇੱਕ ਓਂਕਾਰ ਤੋਂ ਲੈ ਕੇ ਸੈਭੰਗ ਤੱਕ ਅੱਠ ਗੁਣ ਯਾਦ ਆ ਗਏ, ਸਮਝ ਲਓ ਯਾਦ ਆ ਗਿਆ। ਉਹਦੇ ਨਾਮ ਦੇ ਤਾਤਪੁਰੇ ਦਾ ਚਿੰਤਨ ਕਰਦੇ ਹੋਏ ਉਸਦੇ ਗੁਣਾਂ ਨੂੰ ਚਿੱਤ ਵ੍ਰਿੱਤੀ ਵਿੱਚ ਵਸਾਉਣਾ, ਜਿਹੜਾ ਉਹਦਾ ਨਾਮ ਉਹ ਵਸਾ ਲੈਣਾ। ਜੇ ਉਹ ਨਿਰਭਉ ਹੈ, ਮੇਰੀ ਜ਼ਬਾਨ ਲੱਖ ਵਾਰ ਨਿਰਭਉ ਕਹੇ, ਸਮਝ ਲਓ ਮੈਂ ਨਾਮ ਜਪਿਆ ਨਹੀਂ। ਹਾਂ, ਜਿੱਦਣ ਮੈਂ ਨਿਰਭਉ ਜਾਵਾਂਗਾ ਉਸ ਦਿਨ ਜਪਿਆ ਹੋਏਗਾ। ਸਵੇਰੇ ਜਪਜੀ ਸਾਹਿਬ ਦਾ ਪਾਠ ਕੀਤਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ, ਸਿੱਖ ਨੇ ਪਾਠ ਕੀਤਾ, ਘਰੋਂ ਬਾਹਰ ਤੁਰਿਆ, ਪੰਜਾਂ ਮਿੰਟਾਂ 'ਚ ਵਾਪਸ ਆ ਗਿਆ। ਘਰ ਦੀ ਪੁੱਛਣ ਲੱਗੀ, ਸਰਦਾਰ ਜੀ ਕੀ ਗੱਲ ਵਾਪਸ ਆ ਗਏ? ਕਹਿਣ ਲੱਗਾ ਬਿੱਲੀ ਰਸਤਾ ਖੱਟ ਗਈ ਤਾਂ ਵਾਪਸ ਆ ਗਿਆ। ਹੁਣ ਪੜ੍ਹਦਾ ਨਿਰਭਉ ਹੈ, ਡਰਦਾ ਬਿੱਲੀ ਤੂੰ ਹੈ, ਇਹਦਾ ਮਤਲਬ ਨਿਰਭਉ ਜਪਿਆ ਨਹੀਂ, ਸਿਰਫ ਪੜ੍ਹਿਆ ਹੈ। ਸ਼ਾਮ ਹੋਈ, ਰਹਿਰਾ ਸਾਹਿਬ ਦਾ ਪਾਠ ਕੀਤਾ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਘਰੋਂ ਬਾਹਰ ਨਿਕਲਿਆ, ਫਿਰ ਪੰਜ ਮਿੰਟ 'ਚ ਵਾਪਸ ਆ ਗਿਆ। ਸਰਦਾਰਨੀ ਨੇ ਪੁੱਛ ਲਿਆ, ਸਰਦਾਰ ਜੀ ਫਿਰ ਆ ਗਏ? ਕਹਿਣ ਲੱਗਾ ਕਿਸੇ ਨੇ ਛਿੱਕ ਮਾਰ ਦਿੱਤੀ, ਕੰਮ ਨਹੀਂ ਬਣਨਾ। ਪੜ੍ਹਦਾ ਨਿਰਭਉ ਡਰਦਾ ਛਿੱਕਾਂ ਤੋਂ ਹੈ। ਨਿਰਭਉ ਜਪਣ ਦਾ ਭਾਵ, ਤੂੰ ਜਾਪਣ ਲੱਗ ਜਾਏ ਨਿਰਭਉ ਵਰਗਾ, ਦਿਸਣ ਲੱਗ ਜਾਏ ਨਿਰਭਉ ਜਪੈ, ਸਗਲ ਭਉ ਮਿਟੈ, ਸਮਝ ਲਈ ਤਾਂ ਜਪਿਆ ਨਿਰਭਉ, ਜੇ ਸਾਰੇ ਭਉ ਤੇਰੇ ਮੁੱਕ ਗਏ ਫਿਰ ਜਪਿਆ, ਇਹ ਆ ਨਾਮ ਜਪਣਾ। ਨਿਰਵੈਰ ਤਾਂ ਜਪਿਆ ਜੇ ਤੂੰ ਵੈਰ ਦੀ ਭਾਵਨਾ ਤੋਂ ਰਹਿਤ ਹੋ ਗਿਆ, ਤੇਰਾ ਦੁਨੀਆਂ 'ਚ ਕੋਈ ਦੁਸ਼ਮਣ ਨਹੀਂ ਰਹਿ ਗਿਆ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰਾਈ, ਫਿਰ ਹੈ ਨਿਰਵੈਰ। ਬਖਸ਼ਿੰਦ ਤਾਂ ਤੂੰ ਜਪਿਆ ਹੋ ਸਕਦਾ ਜੇ ਕਿਸੇ ਦਾ ਗੁਨਾਹ ਬਖਸ਼ ਦੇਵੇਂ, ਮੁਆਫ ਕਰ ਦੇ ਕਿਸੇ ਨੂੰ। ਦਿਆਲੂ ਤਾਂ ਹੋ ਸਕਦਾ ਜੇ ਕਿਸੇ ਗਰੀਬ ਵੱਲ ਦੇਖ ਕੇ ਤੂੰ ਤਰਸ ਖਾ ਲਵੇਂ, ਫਿਰ ਦਿਆਲੂ ਜਪਿਆ। ਨਾਮ ਦੇ ਗੁਣਾਂ ਨੂੰ ਧਾਰਨ ਕਰ ਲੈਣਾ ਨਾਮ ਜਪਣੇ, ਅਭਿਆਸ ਦੀ ਇਸ ਪਰਪਕ ਅਵਸਥਾ ਦਾ ਨਾਮ ਗੁਰਮਤਿ ਵਿੱਚ ਲਿਵ, ਇਹਦਾ ਨਾਮ ਹੈ ਲਿਵ। ਜਦੋਂ ਬਿਲਕੁਲ ਅਭਿਆਸ ਹੋ ਜਾਏ ਕਿ ਹੁਣ ਕੋਈ ਵੈਰੀ ਨਹੀਂ ਰਿਹਾ ਨਿਰਵੈਰ ਨੂੰ ਜਪ ਲਿਆ, ਕੋਈ ਡਰ ਨਹੀਂ ਰਿਹਾ ਨਿਰਭਉ ਨੂੰ ਜਪ ਲਿਆ, ਜਦੋਂ ਨਿਰਭਉ ਹੋ ਗਿਆ, ਨਿਰਵੈਰ ਹੋ ਗਿਆ, ਲਿਵ ਲੱਗ ਗਈ ਗੁਣਾਂ ਦੇ ਵਿੱਚ, ਇਸ ਤੋਂ ਪ੍ਰਾਪਤ ਹੋਏ ਆਨੰਦ ਨੂੰ ਨਾਮ ਰਸ ਲਿਖਿਆ ਹੈ। ਨਾਮ ਰਸ ਕੀ ਹੈ? ਜਦੋਂ ਇਹਨਾਂ ਗੁਣਾਂ ਦੀ ਵਰਤੋਂ ਵਿਹਾਰ ਕੀਤੀ ਦੁਨੀਆਂ ਦੇ ਵਿੱਚ, ਉਹ ਜਿਹੜਾ ਆਨੰਦ ਆਇਆ ਨਾ, ਦੁਸ਼ਮਣ ਨੂੰ ਭੋਜਨ ਛਕਾ ਕੇ ਜਿਹੜਾ ਆਨੰਦ ਆਇਆ, ਦੁਸ਼ਮਣ ਨੂੰ ਗਲੇ ਲਗਾ ਕੇ ਜਿਹੜਾ ਆਨੰਦ ਆਇਆ, ਭੁੱਖੇ ਦੀ ਸੇਵਾ ਕਰਕੇ ਜਿਹੜਾ ਆਨੰਦ ਆਇਆ, ਬਸ ਆਈ ਤੇ ਰਸ ਹੈ ਉਹਦੇ ਨਾਮ ਦੇ ਗੁਣਾਂ ਦਾ। ਨਾਮ ਭਗਤ ਦੇ ਲਈ ਵਰਤੋਂ ਵਿਹਾਰ ਹੈ ਦੁਨੀਆਂ ਦੀ, ਵਰਤਣ ਜਾ ਕੇ ਕੇਵਲ ਨਾਮ, ਭਗਤ ਇਸ ਨਾਮ ਦੀ ਵਰਤੋਂ ਵਿਹਾਰ ਕਰਦੇ ਨੇ ਜ਼ਿੰਦਗੀ ਵਿੱਚ, ਨਾਮ ਜਪ ਕੇ ਨਾਮ ਦੇ ਗੁਣਾਂ ਨੂੰ। ਨਾਮ ਜਪਣ ਦਾ ਭਾਵ, ਜਿਹੜਾ ਵੀ ਰੱਬ ਦਾ ਨਾਮ ਜਪਿਆ ਉਹਦਾ ਰੂਪ ਹੋ ਗਿਆ, ਇਹ ਹੈ ਨਾਮ ਜਪਣਾ। ਤੇ ਸਿਮਰਨ ਕਰਨਾ ਫਿਰ ਕੀ ਹੋਇਆ? ਗੁਰੂ ਜੁਗਤ ਦੱਸਦਾ, ਸਿੱਖਾ ਸਿਮਰਨ ਕਰੀ, ਨਾਮ ਤੇ ਤੂੰ ਜਪ ਲਏਗਾ, ਸਵੇਰੇ ਘੰਟਾ ਪਾਠ ਕਰ ਲਏਗਾ, ਫਿਰ ਸਾਰਾ ਦਿਨ ਉਹਨੂੰ ਅਮਲ ਕਰੇਗਾ। ਸੁਣ ਕੇ ਮੰਨਣਾ, ਸਿਮਰਨ ਕਿਵੇਂ ਕਰੇਗਾ? ਕਿੰਨੇ ਕੁ ਲੋਕ ਨੇ ਜਿਹੜੇ ਸਿਮਰਨ ਕਰਦੇ ਨੇ? ਬਹੁਤ ਲੋਕ ਆਖਦੇ ਨੇ ਜੀ ਸਾਡੇ ਕੋਲ ਸਮਾਂ ਨਹੀਂ, ਅਸੀਂ ਸਿਮਰਨ ਨਹੀਂ ਕਰਦੇ। ਬਹੁਤ ਘੱਟ ਲੋਕ ਆਖਦੇ ਨੇ ਜੀ ਅਸੀਂ ਸਿਮਰਨ ਕਰਦੇ ਹਾਂ, ਪਰ ਯਾਦ ਰੱਖਿਓ ਦੁਨੀਆਂ 'ਤੇ ਐਸਾ ਇੱਕ ਵੀ ਇਨਸਾਨ ਨਹੀਂ ਹੈ ਜਿਹੜਾ ਸਿਮਰਨ ਨਹੀਂ ਕਰਦਾ, ਸਾਰੇ ਸਿਮਰਨ ਕਰਦੇ ਨੇ। ਭਾਵੇਂ ਉਹ ਗੁਰਮੁਖ ਹੈ, ਭਾਵੇਂ ਮਨਮੁਖ ਹੈ, ਭਾਵੇਂ ਚੋਰ ਹੈ, ਭਾਵੇਂ ਸਾਧ ਹੈ, ਸਾਰੀ ਦੁਨੀਆਂ ਸਿਮਰਨ ਕਰਦੀ ਹੈ। ਮਨੁੱਖਾਂ ਨੂੰ ਛੱਡੋ, ਇੱਥੇ ਤੇ ਪਸ਼ੂ ਪੰਛੀ ਵੀ ਸਿਮਰਨ ਕਰਦੇ ਨੇ। ਊੜੇ ਊੜ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਛਰਿਆ, ਤਿਨ ਕਮਣ ਖਲਾਵੈ ਕਮਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਕੂੰਜ ਸਿਮਰਨ ਕਰਦੀ ਹੈ ਬੱਚਿਆਂ ਦਾ, ਮੇਰੇ ਬੱਚੇ ਛੱਡ ਕੇ ਆਈਆਂ ਪਿੱਛੇ, ਅੰਡੇ ਦੇ ਕੇ ਕੀ ਬਣੇਗਾ ਮੇਰੇ ਬੱਚਿਆਂ ਦਾ, ਕੌਣ ਸੰਭਾਲੇਗਾ, ਕੌਣ ਉਹਨਾਂ ਨੂੰ ਚੋਗਾ ਚੁਗਾਏਗਾ, ਕੌਣ ਖਲਾਏਗਾ। ਤਿਨ ਕਮਣ ਖਲਾਵੈ ਕਮਣ ਚੁਗਾਵੈ, ਮਨ ਮੈਂ ਸਿਮਰਨ ਕਰਿਆ, ਉਹ ਯਾਦ ਕਰਦੀ ਹੈ।
ਰਿਮੈਂਬਰੈਂਸ, ਮਨਮੁਖ ਵੀ ਸਿਮਰਨ ਕਰਦਾ ਹੈ। ਇਹ ਗੱਲ ਵੱਖਰੀ, ਉਹ ਰੱਬ ਦਾ ਨਹੀਂ ਕਰਦਾ, ਉਹ ਮਾਇਆ ਦਾ ਸਿਮਰਨ ਕਰਦਾ ਹੈ। ਠਾਕੁਰ ਛੋੜ ਦਾਸੀ ਕੋ ਸਿਮਰੇ ਮਨਮੁਖ ਅੰਧ ਅਗਿਆਨਾ, ਉਹ ਦਾਸੀ ਦਾ ਸਿਮਰਨ ਕਰਦਾ, ਦਾਸੀ ਮਨੇ ਮਾਇਆ, ਉਹ ਮਾਇਆ ਨੂੰ ਸਿਮਰਦਾ ਹੈ। ਕੋਈ ਪੈਸੇ ਦਾ ਸਿਮਰਨ ਕਰਦਾ, ਕੋਈ ਇਸਤਰੀ ਦਾ ਸਿਮਰਨ ਕਰਦਾ, ਕੋਈ ਧੀਆਂ ਪੁੱਤਰਾਂ ਦਾ ਸਿਮਰਨ ਕਰਦਾ। ਅੰਤ ਕਾਲ ਜੋ ਲਕਸ਼ਮੀ ਸਿਮਰੇ, ਇਹਦਾ ਮਤਲਬ ਲਕਸ਼ਮੀ ਦਾ ਸਿਮਰਨ ਹੋ ਸਕਦਾ ਹੈ। ਅੰਤ ਕਾਲ ਜੋ ਇਸਤਰੀ ਸਿਮਰੇ, ਇਹਦਾ ਮਤਲਬ ਇਸਤਰੀ ਦਾ ਸਿਮਰਨ ਹੋ ਸਕਦਾ ਹੈ। ਅੰਤ ਕਾਲ ਜੋ ਲੜਕੇ ਸਿਮਰੇ, ਧੀਆਂ ਪੁੱਤਰਾਂ ਦਾ ਸਿਮਰਨ ਹੋ ਸਕਦਾ ਹੈ। ਅੰਤ ਕਾਲ ਜੋ ਮੰਦਰ ਸਿਮਰੇ, ਘਰਾਂ ਕੋਠੀਆਂ ਦਾ ਸਿਮਰਨ ਹੋ ਸਕਦਾ ਹੈ। ਹਰ ਮਨੁੱਖ ਸਿਮਰਨ ਕਰਦਾ, ਕੋਈ ਧੀਆਂ ਪੁੱਤਰਾਂ ਨੂੰ ਯਾਦ ਕਰੀ ਜਾਂਦਾ, ਕੋਈ ਕਾਰ ਕੋਠੀ ਨੂੰ ਯਾਦ ਕਰੀ ਜਾਂਦਾ, ਮਨਮੁਖ ਮਾਇਆ ਦਾ ਸਿਮਰਨ ਕਰੀ ਜਾਂਦਾ। ਪੁੱਛ ਕੇ ਦੇਖੋ ਮਾਇਆ ਨੂੰ, ਕਦੀ ਬੈਠਾ ਚੌਕੜਾ ਮਾਰ ਕੇ ਹੱਥ ਮਾਲਾ ਫੜ ਕੇ ਕਿਹਾ ਘੰਟਾ ਮਾਇਆ 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 ਮਾਇਆ, ਉਹ ਕਹੇਗਾ ਬਿਲਕੁਲ ਨਹੀਂ ਕਿਹਾ ਮੈਂ। ਤੇ ਗੁਰਬਾਣੀ ਤੇ ਝੂਠ ਨਹੀਂ ਬੋਲਦੀ ਨਾ, ਬਾਣੀ ਆਖਦੀ ਮਨਮੁਖ ਸਿਮਰਨ ਕਰਦਾ ਮਾਇਆ ਦਾ। ਕਿਵੇਂ ਕਰਦਾ? ਉਹ ਯਾਦ ਕਰਦਾ ਮਾਇਆ ਨੂੰ ਹਰ ਪਲ, ਕਿਵੇਂ ਕਮਾਵਾਂ, ਕਿਵੇਂ ਇਕੱਠੀ ਕਰਾਂ, ਭਾਵੇਂ ਠੱਗੀ ਮਾਰਾਂ, ਭਾਵੇਂ ਚੋਰੀ ਕਰਾਂ, ਸਿਮਰਨ ਚੱਲ ਰਿਹਾ ਉਹਦੇ ਅੰਦਰ। ਧੀਆਂ ਪੁੱਤਰਾਂ ਦਾ ਸਿਮਰਨ ਚੱਲ ਰਿਹਾ, ਕਿਹੜੇ ਸਕੂਲ ਪਾਈਏ, ਕਿਹੜਾ ਸਬਜੈਕਟ ਪੜ੍ਹਾਈਏ, ਕਿਹੜਾ ਇਹਨਾਂ ਨੂੰ ਕੰਮ ਦੇਈਏ, ਕਿਵੇਂ ਸੁੱਖ ਲਿਆ ਕੇ ਦੇਈਏ। ਹਰ ਕੋਈ ਸਿਮਰਨ ਕਰੀ ਜਾਂਦਾ ਹੈ, ਕੋਈ ਕਾਰਾਂ ਦਾ ਕਰੀ ਜਾਂਦਾ, ਕੋਈ ਕੋਠੀਆਂ ਦਾ ਕਰੀ ਜਾਂਦਾ। ਸਤਿਗੁਰੂ ਪਾਤਸ਼ਾਹ ਦੀ ਬਾਣੀ ਨੇ ਇੱਕ ਬਚਨ ਕਿਹਾ ਸੀ, ਮਾਈ ਰੀ ਆਨ ਸਿਮਰ ਮਰ ਜਾਹੀ। ਆਹ ਜਿਹੜੇ ਦੁਨੀਆਂ ਭਰ ਦੇ ਸਿਮਰਨ ਕਰ ਰਹੇ ਨਾ, ਆਤਮਕ ਮੌਤ ਦੇਣ ਵਾਲੇ ਸਿਮਰਨ ਨੇ। ਪੁੱਛਿਆ ਜੀ ਫਿਰ ਕਿਹੜਾ ਸਿਮਰਨ ਕਰੀਏ? ਕਹਿਣ ਲੱਗੇ ਆਹ ਦੱਸਾਂ, ਜੇ ਸਿਮਰਨ ਕਰਨਾ ਹੋਵੇ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਸਭ ਲਫਜ਼ ਆਇਆ, ਸਭ ਮੈਨੇ ਇਹਦਾ ਮਤਲਬ ਹੋਰ ਵੀ ਨੇ, ਕਾਫੀ ਹੋਰ ਵੀ ਬੜੇ ਸਿਮਰਨ ਨੇ, ਪਰ ਸਾਰਿਆਂ ਸਿਮਰਨ ਨਾਲੋਂ ਉੱਚਾ ਸਿਮਰਨ ਪ੍ਰਭੂ ਦਾ ਸਿਮਰਨ ਹੈ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਸਿਮਰਨ ਕਰਨਾ ਹੋਵੇ ਰੱਬ ਦਾ, ਕਰ ਲਈ ਉਹ ਸਭ ਤੋਂ ਮਹਾਨ ਹੈ। ਦੁਨੀਆਂ ਦੇ ਸਿਮਰਨ ਮੌਤ ਦਿੰਦੇ ਨੇ, ਰੱਬ ਦਾ ਸਿਮਰਨ ਜੀਵਨ ਦਿੰਦਾ ਹੈ। ਮਾਇਰੀ ਆਨ ਸਿਮਰ ਮਰ ਜਾਹੇ, ਤੇ ਰੱਬ ਦਾ ਸਿਮਰਨ ਕਰਕੇ ਦੇਖ, ਆਖਾਂ ਜੀਵਾਂ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ, ਉਹ ਜੀਵਨ ਦੇ ਦਿੰਦਾ ਹੈ। ਪੁੱਛਿਆ ਫਿਰ ਕਰੀਏ ਕਿਵੇਂ, ਤਰੀਕਾ ਕੀ ਸਿਮਰਨ ਕਰਨ ਦਾ? ਕਿਉਂਕਿ ਬਾਣੀ ਨੇ ਸਪਸ਼ਟ ਕਿਹਾ, ਸਾਸ ਸਾਸ ਸਿਮਰੋ ਗੋਬਿੰਦ, ਇੱਕ ਇੱਕ ਸਾਹ, ਇੱਕ ਵੀ ਸਾਹ ਤੇਰਾ ਖਾਲੀ ਨਾ ਜਾਏ ਸਿਮਰਨ ਤੋਂ, ਹਰੇਕ ਸਵਾਸ ਤੋਂ ਸਿਮਰਨ ਕਰ, ਹਰੇਕ ਸਵਾਸ। ਸਤਿਗੁਰੂ ਹਰੇਕ ਸਵਾਸ ਕਿਵੇਂ ਕਰਾਂਗੇ? ਕੰਮ ਕਰ ਵੀ ਕਰਨੇ ਨੇ, ਨਹਾਉਣਾ ਧੋਣਾ, ਭੋਜਨ ਕਰਨਾ, ਬੱਚਿਆਂ ਨੇ ਸਕੂਲ 'ਚ ਪੜ੍ਹਾਈ ਕਰਨੀ ਹੈ, ਵੱਡਿਆਂ ਨੇ ਜਾ ਕੇ ਜੌਬ ਕਰਨੀ ਹੈ, ਕਿਸੇ ਨੇ ਦੁਕਾਨਦਾਰੀ ਕਰਨੀ, ਕਾਰੋਬਾਰ ਕਰਨਾ, ਸਵਾਣੀਆਂ ਨੇ ਘਰ ਪ੍ਰਸ਼ਾਦਾ ਸਬਜ਼ੀਆਂ ਬਣਾਉਣੀਆਂ ਨੇ, ਸਵਾਸ ਸਵਾਸ ਕਿਵੇਂ ਕਰਾਂਗੇ? ਔਰ ਸਿਮਰਨ ਸਵਾਸ ਸਵਾਸ ਹੀ ਹੈ। ਔਰ ਯਾਦ ਰੱਖਿਓ, ਸਿਮਰਨ ਹੀ ਉਹ ਹੈ ਜਿਹੜਾ ਸਵਾਸ ਸਵਾਸ ਹੋ ਸਕੇ, ਸਿਮਰਨ ਹੀ ਉਹ ਹੈ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਥੇ ਚਿੰਨ। ਸਵਾਸ ਸਵਾਸ ਕਿਵੇਂ ਹੋਵੇ ਸਿਮਰਨ? ਜਦੋਂ ਅਸੀਂ ਅਰਦਾਸ ਕਰਦੇ ਹਾਂ ਨਾ, ਤੇ ਅਰਦਾਸ ਦੇ ਵਿੱਚ ਵਿਦਵਾਨਾਂ ਨੇ ਬੜੀ ਚੁਣ ਕੇ ਸ਼ਬਦਾਵਲੀ ਵਰਤੀ ਹੈ। ਉਹਦੇ ਵਿੱਚ ਇੱਕ ਪੰਕਤੀ ਅਸੀਂ ਪੜ੍ਹਦੇ ਹਾਂ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ। ਉੱਥੇ ਤਿੰਨ ਵਾਰ ਆਇਆ ਵਾਹਿਗੁਰੂ, ਇੱਕ ਵਾਰ ਨਹੀਂ, ਦੋ ਵਾਰ ਨਹੀਂ, ਪੰਜ ਵਾਰ ਨਹੀਂ, ਇੱਕ ਵਾਰ ਕਾਫੀ ਸੀ, ਜ਼ਿਆਦਾ ਤੋਂ ਜ਼ਿਆਦਾ ਪੰਜ ਵਾਰ ਕਰ ਲੈਂਦੇ। ਤਿੰਨ ਵਾਰ, ਤਿੰਨ ਵਾਰ ਕਿਉਂ? ਕਿਉਂਕਿ ਸਿਮਰਨ ਦੀ ਵਿਧੀ ਇਹ ਹੈ, ਜੁਗਤੀ ਹੈ, ਬਸ ਪਤਾ ਹੀ ਗੁਰੂ ਤੋਂ ਲੱਗਦਾ, ਗੁਰੂ ਤੋਂ ਬਿਨਾਂ ਭਗਤੀ ਹੋ ਹੀ ਨਹੀਂ ਸਕਦੀ। ਗੁਰੂ ਦੱਸੇਗਾ, ਤੂੰ ਕਹਿੰਦਾ ਮੈਂ ਘਰੇ ਬਹਿ ਕੇ ਵਾਹਿਗੁਰੂ ਕਰ ਲਵਾਂਗਾ, ਆਹ ਤੈਨੂੰ ਢੰਗ ਦੱਸਾਂ ਕਿਵੇਂ ਕਰਨਾ ਹੈ, ਇਹ ਗੁਰੂ ਦੱਸੇਗਾ, ਇਹ ਬਾਣੀ ਦੱਸੇਗੀ। ਮਨਮੁੱਖ ਵੀ ਤਿੰਨ ਤਰੀਕਿਆਂ ਨਾਲ ਸਿਮਰਨ ਕਰਦਾ ਹੈ। ਉਹ ਤਿੰਨ ਤਰੀਕੇ ਕੀ ਨੇ? ਮਨ ਬਚ ਕਰਮ ਰਸ ਕਸੈ ਲੁਭਾਨਾ, ਬਿਨਸ ਗਿਆ ਜਾਹੇ ਕਹੂੰ ਸਮਾਨਾ। ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਉਹ ਰਸਾਂ ਕਸਾਂ 'ਚ ਖਚਤ ਹੈ, ਇਹ ਉਹਦਾ ਸਿਮਰਨ ਹੈ। ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲੱਗ ਮਾਤ, ਮਨਸਾ ਬਾਚਾ ਕਰਮਨਾ, ਮੈਂ ਦੇਖੇ ਦੋ ਜਗ ਜਾਤ। ਸਿਮਰਨ ਕਰਨਾ ਸੀ ਮਨ ਬਚਨ ਕਰਮ ਨਾਲ, ਰੱਬ ਦਾ ਕਰੀ ਜਾਂਦਾ ਮਾਇਆ ਦਾ, ਰੱਬ ਦਾ ਕੀਤਾ ਨਹੀਂ। ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਇਹ ਜੀ ਸੋਚ ਤਰੋ, ਮਨ ਬਚਨ ਕਰਮ ਕਰਕੇ ਰੱਬ ਦੇ ਗੁਣ ਗਾਣੇ ਸੀ, ਉਹ ਗਾਏ ਨਹੀਂ। ਇੱਕੋ ਹੀ ਤਰੀਕਾ ਰੱਬ ਦਾ ਸਿਮਰਨ ਕਰਨ ਦਾ, ਇੱਕ ਨਹੀਂ ਹਜ਼ਾਰ ਪੰਕਤੀਆਂ ਤੁਹਾਨੂੰ ਮਿਲ ਜਾਣਗੀਆਂ। ਮਨ ਬਚ ਕਰਮ ਗੋਬਿੰਦ ਆਧਾਰ, ਤਾਂ ਤੇ ਉਹ ਛੁੱਟਿਓ ਬਿਕ ਸੰਸਾਰ।
मन बच करम जे आप जनाई नानक ते मत प्रगटी आई। मन बच करम गोविंद आधार ताते छुट्टियो बिक संसार। मन बच करम सेविया सच्चा साहिब श्री सब को जो असी पढ़ते हाँ कि जे तू सिमरन करना होवे मन बचन कर्म करके करी ते मन बचन कर्म दा सिमरन प्रवान चढ़ेगा। यही एक तरीका है श्री गुरु साहिब सब उपर मन बच करम सेविय सच्चा। मन बच करम प्रभ एक त्याए सर्व फला सोई जन पाए। मन बचन कर्म आ तरीका वाहिगुरु 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 चित आवे मन करके कर्मा करके बचना करके तेनू वाहिगुरु चेते आ जाए। जिस दिन मन बचन कर्म दे विच वाहिगुरु बस जाएगा उस दिन तेरा सिमरन प्रवान चढ़ जाएगा। उदी याद तेरे जीवन दे विच रौंच चल पेगी। एक शब्द मेरे प्राण बसत है बोड़ जन्म नावा प्राणा च बस जाएगा। हुण मन बचन कर्म नाल सिमरन किवें कीता जा सकदा है की तरीका है बचना करके सिमरन किवें होएगा। सेवादार सेवा कर दे दाला वाहिगुरु प्रशादा वाहिगुरु सब्जी वाहिगुरु जल वाहिगुरु। कई बार इस तरह लगता है जिवें बड़ी तरक्की हुई कौम दे विच हुण प्रशादे विचों भी इस सिख नूं वाहिगुरु दिसदा है पानी चों भी वाहिगुरु दिसदा है। साडे पुराने बजुर्ग कहिंदे हुंदे सन दाला भाई साहिब जी प्रशादा बीबी जी माता जी दाल लो। हुण दाला भी वाहिगुरु प्रशादा भी वाहिगुरु जल तरक्की हो गई कौम की हर थां तों वाहिगुरु दिसदा है पानी विचों रब दिसदा है प्रशादे चों रब दिसदा है। बचना करके बोल रहा है दाला वाहिगुरु प्रशादा वाहिगुरु घंटा पर सेवा की थी। सेवा करके बाहर निकलिया अजे बाहर निकलिया ही सी किसी ने पूछ लिया भाई साहब जी रस्ता किधर नू जांदा है टुट के पै गया अन्ना हो गया दिसदा नहीं एडा वड्डा बोर्ड लगे है किथे गया बचना करके वाहिगुरु उड़ गया एक घंटा ही सी बस बाकी 23 घंटे किथे जाएगा बचना करके। बाणी ने तो कहा सी सास सास सिमरो गोविंद किसी ने टाइम की पूछ लिया भाई साहब टाइम कितना होया अन्ना होया दिसदा नहीं एडा वड्डा घड़ियाल लगी है किथे गया बचना करके वाहिगुरु। घरे गया बच्चियां नूं चिड़कना शुरू कर दिता बच्चे भी सोचते ने बापू रोज गुरुद्वारे जांदा है रोज पाठ करदा है बीबी रोज गुरुद्वारे जांदी है अजे तक इन्हां नूं बोलन की जाच नहीं आई इन्हां ते गुरु ही मिठ बोल रहा है मिठ बोल रहा जी हर सज्जन स्वामी मोहरा। उस गुरु ने कहा सी गंढ प्रीति मिठे बोल कल भी शब्द आया सी मिठा बोलें निभ चलें मिठत नीवी नानका गुण चंग्याईयां तत् सिखिया ही नहीं इन्हां ने यह कुछ सीखे बच्चे भी सोचते हो गए कि साढ़े बापू नूं इन्नी बाणी पढ़ के अजे तक बोलन की जाच नहीं आई साड़ी बीबी नूं इन्नी बाणी पढ़ के बोलन की जाच नहीं आई टुट टुट के पैंदे ने गालां कढ़दे ने चिड़कदे ने किथे गई जबान की मिठास किथे गया बचना करके वाहिगुरु। बचना करके वाहिगुरु किवें जपिया जाएगा किसी ने रस्ता पूछ लिया भाई साहब जी किधर नूं जांदा है इहनू कानू माड़ा कहना है वाहिगुरु चित आवे याद आ जाए इहदे च रब बैठा है इहदे नाल किवें गल करनी है माड़ा कहिंदिया कहिंदिया जदों वाहिगुरु चित आवे याद आ जाए इहदे च वाहिगुरु बैठा है उदों हथ जोड़ के कहेगा भाई साहब जी इह रस्ता इधर नूं जांदा है देखो बोर्ड ते भी लिखिया होया इन्नी गल सी भाई साहब जी इन्ना टाइम हो गया देखो कलॉक दे उपर भी नजर आ रहा है बोलन लग्या वाहिगुरु चित आवे इहदे च रब बैठा है इहनू काहनू माड़ा बोल रहा है। जदों बोलन लग्या रब चेते आ जाएगा ना उदों तुहाडे बचना करके वाहिगुरु आ जाएगा समा जाएगा। और यह सिमरन स्वास स्वास हो सकता है जदों बोलो दुकान ते बैठे हो गाहक नाल किवें बोलना है गाहक नाल बोलन लग्या वाहिगुरु चित आवे इहदे च रब बैठा है किवें नूं ट्रीट करना है किवें इहदे नाल डील करनी है। टीचर बच्चों नूं पढ़ा रहे स्कूल दे विच पढ़ाद्या पढ़ाद्या वाहगुरु चित आवे इन्हों बच्चों किमें गलबात करनी है फिर जबान तो झूठ नहीं निकलेगा क्रोध नहीं निकलेगा गाला नहीं निकलनगिया। बोलन लग्या वाहगुरु चित आवे ये रब बैठा कल माड़ा बोलने यह है बचना करके सिमरन। करमा करके वाहगुरु का सिमरन किमें होगा सेवादार सेवा कर रहा है दाला वाहगुरु दाला वाहगुरु दाला वाहगुरु ਇਹਨੇ ਨੂੰ ਕੋਈ ਆਦਮੀ ਆਇਆ ਉਹਨੇ ਦੇਖਿਆ ਵੀ ਸੁਣਿਆ ਗੁਰਦੁਆਰੇ ਰੱਬ ਮਿਲਦਾ ਹੈ ਜਾ ਕੇ ਦੇਖੀ ਤੇ ਸਹੀ ਪਹਿਲੀ ਵਾਰ ਗੁਰਦੁਆਰੇ ਆਇਆ ਅੱਗੇ ਸੀ ਲੰਗਰ ਹਾਲ ਲੰਗਰ ਹਾਲ 'ਚ ਨੰਗੇ ਸਿਰੀ ਦਾਖਲ ਹੋ ਗਿਆ ਪਤਾ ਨਹੀਂ ਸੀ ਉਹਨੂੰ
ਨੰਗੇ ਸਿਰ ਦਾਖਲ ਹੋਇਆ, ਇਹ ਵਰਤਾਰਿਆ ਸੀ ਦਾਲ, ਦਾਲਾ ਵਾਹਿਗੁਰੂ, ਦਾਲਾ ਵਾਹਿਗੁਰੂ, ਇਹਨੇ ਦੇਖਿਆ ਨੰਗੇ ਸਿਰ, ਬਸ ਉੱਥੇ ਹੀ ਬਾਲਟੀ ਰੱਖ ਕੇ ਕੜਛੀ ਤੇ ਹੱਥ 'ਚ ਫੜੀ ਹੋਈ ਸੀ, ਮਾਰਨ ਵਾਸਤੇ ਦੌੜਿਆ, ਹੈਂ ਤੂੰ ਨੰਗੇ ਸਿਰ ਉੱਤੇ ਆ ਗਿਆ, ਤੇਰੀ ਐਸੀ, ਬਸ ਕੜਛੀ ਲੈ ਕੇ ਮਾਰਨ ਨੂੰ ਦੌੜਿਆ, ਆਦਮੀ ਨੇ ਭੱਜ ਕੇ ਬਾਹਰ ਜਾਨ ਬਚਾਈ। ਉਹ ਤਾਂ ਘਰ ਜਾ ਕੇ ਕਹੇਗਾ ਨਾ, ਲੋਕ ਕਹਿੰਦੇ ਨੇ ਗੁਰਦੁਆਰੇ ਰੱਬ ਰਹਿੰਦਾ, ਉੱਥੇ ਤੇ ਸ਼ੈਤਾਨ ਰਹਿੰਦੇ ਨੇ, ਮੈਨੂੰ ਮਾਰਨ ਨੂੰ ਪਏ ਸੀ। ਜ਼ਬਾਨ ਕਹਿੰਦੀ ਦਾਲਾ ਵਾਹਿਗੁਰੂ, ਹੱਥ ਕਿਸੇ ਨੂੰ ਮਾਰਦੇ ਪਏ ਨੇ, ਹੱਥ ਕਿਸੇ ਦੀ ਜੇਬ ਕੱਟਦੇ ਨੇ, ਕਰਮਾਂ 'ਚ ਵਾਹਿਗੁਰੂ ਨਹੀਂ ਹੈ, ਕਰਮ ਕਿਸੇ ਦਾ ਨੁਕਸਾਨ ਕਰ ਰਹੇ ਨੇ, ਹੱਥ ਕਿਸੇ ਦਾ ਬੁਰਾ ਕਰ ਰਹੇ ਨੇ, ਹੱਥ ਕਿਸੇ ਦੀ ਜੇਬ ਕੱਟ ਰਹੇ ਨੇ, ਚੋਰੀ ਕਰ ਰਹੇ ਨੇ, ਕਿਸੇ ਨੂੰ ਮਾਰ ਰਹੇ ਨੇ। ਔਰ ਇਹ ਨਹੀਂ ਵੀ ਗੁਰਦੁਆਰੇ ਤੋਂ ਬਾਹਰ, ਗੁਰਦੁਆਰਿਆਂ ਵਿੱਚ ਘੱਟ ਲੜਾਈਆਂ ਹੁੰਦੀਆਂ ਨੇ, ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ, ਇੱਕ ਦੂਜੇ 'ਤੇ ਕਿਰਪਾਨਾਂ ਚੱਲਦੀਆਂ ਨੇ, ਪੱਗਾਂ ਲਾਈ ਜਾਂਦੇ ਨੇ ਇੱਕ ਦੂਜੇ ਦੀਆਂ, ਕਿੱਥੇ ਗਿਆ ਕਰਮਾਂ ਕਰਕੇ ਵਾਹਿਗੁਰੂ? ਕਰਮਾਂ ਕਰਕੇ ਵਾਹਿਗੁਰੂ ਉਸ ਦਿਨ ਆਏਗਾ ਜਦੋਂ ਦੇਖਿਆ ਨੰਗੇ ਸਿਰ ਕੋਈ ਆ ਗਿਆ, ਉੱਥੇ ਹੀ ਬਾਲਟੀ ਰੱਖ ਕੇ ਨੇੜੇ ਜਾਓ, ਭਾਈ ਸਾਹਿਬ ਜੀ ਜੀ ਆਇਆਂ ਨੂੰ ਲੱਗਦਾ ਤੁਸੀਂ ਪਹਿਲੀ ਵਾਰ ਗੁਰੂ ਨਾਨਕ ਦੇ ਘਰ ਆਏ ਹੋ, ਤੁਹਾਨੂੰ ਇੱਥੋਂ ਦੀ ਮਰਿਆਦਾ ਦਾ ਪਤਾ ਨਹੀਂ, ਇੱਥੇ ਸਿਰ ਢੱਕ ਕੇ ਆਈਦਾ, ਐਲੋ ਫੜੋ ਰੁਮਾਲ ਆਪਣੇ ਸਿਰ 'ਤੇ ਬੰਨ ਲਓ, ਆਪ ਉਹਦੇ ਸਿਰ 'ਤੇ ਰੁਮਾਲ ਬੰਨੋ, ਉਹਨੂੰ ਬਿਠਾਓ, ਪਹਿਲਾਂ ਭਾਈ ਸਾਹਿਬ ਪ੍ਰਸ਼ਾਦਾ ਛਕ ਲਓ, ਉਹਦੇ ਸਾਹਮਣੇ ਥਾਲ ਲਿਆ ਕੇ ਰੱਖੋ, ਉਹਨੂੰ ਭੋਜਨ ਛਕਾਓ, ਉਹਨੂੰ ਕਹੋ ਤੁਹਾਨੂੰ ਪਤਾ ਨਹੀਂ ਜੂਠੇ ਭਾਂਡੇ ਕਿੱਥੇ ਸਾਫ਼ ਹੁੰਦੇ ਨੇ, ਮੈਨੂੰ ਦੇ ਦਿਓ, ਮੈਂ ਸਾਫ਼ ਕਰ ਦਿੰਦਾ, ਉਹਦੇ ਜੂਠੇ ਭਾਂਡੇ ਚੁੱਕ ਕੇ ਲਿਜਾਓ। ਤੁਹਾਡੇ ਕਰਮ ਹੱਥ ਜਿਹੜੇ ਨੇ ਕਿਸੇ ਦੀ ਸੇਵਾ ਕਰਨ, ਫਿਰ ਉਹ ਬੰਦਾ ਘਰ ਜਾ ਕੇ ਕਹੇਗਾ ਸੁਣਿਆ ਸੀ ਗੁਰਦੁਆਰੇ ਰੱਬ ਰਹਿੰਦਾ, ਮੈਂ ਤੇ ਦਰਸ਼ਨ ਕਰਕੇ ਆਇਆ ਰੱਬ ਦੇ, ਉੱਥੇ ਸੇਵਾਦਾਰ ਰੱਬ ਵਰਗੇ ਨੇ, ਉੱਥੇ ਗ੍ਰੰਥੀ ਪ੍ਰਚਾਰਕ ਰੱਬ ਵਰਗੇ ਨੇ, ਰਾਬੀ ਰਾਗੀ ਰੱਬ ਵਰਗੇ ਨੇ, ਪ੍ਰਧਾਨ ਸੈਕਟਰੀ ਰੱਬ ਵਰਗੇ ਨੇ, ਉੱਥੇ ਸੰਗਤਾਂ ਰੱਬ ਵਰਗੀਆਂ ਨੇ, ਕਰਮਾਂ 'ਚ ਵਾਹਿਗੁਰੂ। ਚਾਹੀਦਾ ਸਾਡੇ ਗੁਰਦੁਆਰਿਆਂ ਦੇ ਵਿੱਚ ਲੰਗਰ ਗਰਮ ਹੋਵੇ ਅਤੇ ਸੇਵਾਦਾਰ ਠੰਡੇ ਹੋਣ, ਹੁੰਦਾ ਉਲਟ ਹੈ, ਲੰਗਰ ਠੰਡਾ ਹੁੰਦਾ ਅਤੇ ਸੇਵਾਦਾਰ ਗਰਮ ਹੁੰਦੇ ਨੇ, ਗੜਬੜ ਹੋ ਜਾਂਦੀ ਗੱਲ, ਉਲਟ ਹੋ ਜਾਂਦੀ, ਕਿਉਂ? ਕਿਉਂਕਿ ਕਰਮਾਂ 'ਚ ਵਾਹਿਗੁਰੂ ਆਇਆ ਨਹੀਂ, ਕਰਮਾਂ 'ਚ ਵਾਹਿਗੁਰੂ ਉਸ ਦਿਨ ਆਏਗਾ ਜਦੋਂ ਹੱਥ ਕਿਸੇ ਦਾ ਨੁਕਸਾਨ ਕਰਨ ਲੱਗਣ, ਵਾਹਿਗੁਰੂ ਚਿੱਤ ਆਵੇ, ਯਾਦ ਆ ਜਾਏ ਇਹਦੇ 'ਚ ਰੱਬ ਬੈਠਾ, ਕਾਹਨੂੰ ਨੁਕਸਾਨ ਕਰਨਾ, ਇਹਦਾ ਮੈਂ ਇਹਦੀ ਸੇਵਾ ਕਰਨੀ ਹੈ। ਅਤੇ ਇਹ ਸਿਮਰਨ ਕਰਮਾਂ ਕਰਕੇ 24 ਘੰਟੇ ਹੋ ਸਕਦਾ ਹੈ, ਦੁਕਾਨਦਾਰੀ ਕਰਦਿਆਂ ਕਿਸੇ ਨੂੰ ਫਿਰ ਮਿਲਾਵਟੀ ਸਮਾਨ ਨਹੀਂ ਵੇਚਿਆ ਜਾ ਸਕਦਾ, ਕਿਸੇ ਨੂੰ ਠੱਗਿਆ ਨਹੀਂ ਜਾ ਸਕਦਾ, ਸਰਜਰੀ ਕਰਨ ਲੱਗਿਆਂ ਡਾਕਟਰ ਅਣਗਹਿਲੀ ਨਹੀਂ ਵਰਤੇਗਾ, ਕੋਈ ਵੀ ਕੰਮ ਕਰਨ ਲੱਗਿਆਂ ਸਿੱਖ ਲਾਪਰਵਾਹੀ ਨਹੀਂ ਕਰੇਗਾ, ਕਿਉਂਕਿ ਕਰਮ ਕਹਿਣਗੇ ਇਹਦੇ 'ਚ ਰੱਬ ਵੱਸਦਾ, ਇਹਦਾ ਚੰਗਾ ਹੀ ਕਰਾਂ ਮਾੜਾ ਨਾ ਕਰਾਂ। ਅਤੇ ਇਹ ਸਿਮਰਨ 24 ਘੰਟੇ ਹੋ ਸਕਦਾ ਹੈ। ਮਨ ਕਰਕੇ ਸਿਮਰਨ ਕਿਵੇਂ ਹੋਏਗਾ? ਕਿਸੇ ਨੇ ਦਰਵਾਜ਼ਾ ਖੜਕਾਇਆ, ਘਰ ਦੇ ਮਾਲਕ ਨੇ ਦਰਵਾਜ਼ਾ ਖੋਲ੍ਹਿਆ, ਅੱਗੇ ਗਵਾਂਢੀ ਖੜ੍ਹਾ ਸੀ, ਉਹਨੇ ਗਵਾਂਢੀ ਦਾ ਸਵਾਗਤ ਕੀਤਾ, ਜੀ ਆਇਆਂ ਨੂੰ, ਕੀੜੀ ਕਰ ਨਰਾਇਣ ਆ ਗਿਆ, ਉਹਨੂੰ ਰੱਬ ਵਾਲੀ ਥਾਂ ਦਿੱਤੀ, ਉਹਨੂੰ ਸੋਫੇ 'ਤੇ ਬਿਠਾਇਆ, ਉਹਨੂੰ ਭੋਜਨ ਪ੍ਰਸ਼ਾਦਾ ਛਕਾਇਆ, ਚਾਹ ਰੱਖੀ, ਉਹਦੇ ਸਾਹਮਣੇ ਮਿਠਾਈ ਰੱਖੀ, ਸੇਵਾ ਕੀਤੀ, ਕਰਮਾਂ ਕਰਕੇ ਵੀ ਦੀ ਸੇਵਾ ਕੀਤੀ, ਕਰਮਾਂ ਕਰਕੇ ਵੀ ਸਿਮਰਨ ਹੋ ਗਿਆ, ਹੱਥਾਂ ਨੇ ਸੇਵਾ ਕੀਤੀ। ਜਦੋਂ ਗੁਆਂਢੀ ਜਾਣ ਲੱਗਿਆ, ਉਹਨੇ ਬੈਗ ਵਿੱਚੋਂ ਇੱਕ ਮਿਠਾਈ ਦਾ ਡੱਬਾ ਕੱਢਿਆ, ਕੱਢ ਕੇ ਸਾਹਮਣੇ ਫੜਾਇਆ, ਕਹਿਣ ਲੱਗਾ ਲਓ ਜੀ ਮਿਠਾਈ ਦਾ ਡੱਬਾ, ਤੁਹਾਡੀ ਤੁਹਾਨੂੰ ਵਧਾਈ ਹੋਵੇ, ਮੈਂ 5 ਬੈਡਰੂਮ ਕਰ ਲੈ ਲਿਆ। ਹੁਣ ਹੱਥ ਡੱਬਾ 'ਤੇ ਫੜ ਲਿਆ, ਮਨ ਕਲਪ ਗਿਆ ਇਹਦਾ ਕੱਖ ਨਾ ਰਹੇ, ਮੈਂ ਕਿਰਾਏ ਦੇ ਮਕਾਨ 'ਚ ਘੁਲਦਾ ਫਿਰਦਾ, ਇਹਨੇ 5 ਬੈਡਰੂਮ ਕਰ ਲੈ ਲਿਆ, ਇਹਦਾ ਘਰ ਟਹਿ ਜਾਏ, ਕਿੱਥੇ ਗਿਆ ਮਨ ਕਰਕੇ ਵਾਹਿਗੁਰੂ? ਉਹਨੇ ਕਿਹਾ ਜੀ ਮੈਂ ਮਸਤੀ ਗੱਡੀ ਲੈ ਕੇ ਆਇਆ, ਨਵੀਂ ਲਈ ਹੈ, ਮੱਥੇ ਮਾਰਿਆ ਹੱਥ ਮੈਂ ਮਰੂਤੀ ਨਾਲ ਘੁਲਦਾ ਫਿਰਦਾ, ਮੈਂ ਮਸਤੀ ਚੁੱਕੀ ਫਿਰਦਾ, ਇਹਦੀ ਗੱਡੀ ਨੂੰ ਅੱਗ ਲੱਗ ਜਾਏ, ਐਕਸੀਡੈਂਟ ਹੋ ਜਾਏ, ਮਨ ਕਲਪ ਗਿਆ, ਮਨ ਦੀ ਸੋਚ ਨੀਵੀਂ ਹੋ ਗਈ, ਕਿੱਥੇ ਗਿਆ ਮਨ ਕਰਕੇ ਵਾਹਿਗੁਰੂ? ਮਨ ਕਰਕੇ ਵਾਹਿਗੁਰੂ ਉਦੋਂ ਸੀ ਜਦੋਂ ਮਨ ਬੁਰਾ ਕਰਨ ਲੱਗੇ, ਸੋਚਣ ਲੱਗੇ ਕਿਸੇ ਦਾ, ਉਹ ਮਨਾ ਕਿਸੇ ਦਾ ਕਾਹਨੂੰ ਬੁਰਾ ਸੋਚਣਾ, ਇਹਦੇ 'ਚ ਰੱਬ ਵੱਸਦਾ, ਵਾਹਿਗੁਰੂ ਚਿੱਤ ਆਵੇ, ਜਦੋਂ ਵਾਹਿਗੁਰੂ ਚਿੱਤ ਆਏਗਾ ਮਨ ਦੀ ਸੋਚ ਉੱਚੀ ਹੋ ਜਾਏਗੀ, ਫਿਰ ਕਹੇਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਫਿਰ ਦੁਨੀਆਂ ਦਾ ਭਲਾ ਮੰਗੇਗਾ, ਇਕੱਲਾ ਗਵਾਂਢੀਆਂ ਦਾ ਨਹੀਂ, ਸੋਚ ਉੱਚੀ ਹੋ ਜਾਏਗੀ। ਜਦੋਂ ਮਨ ਦੀ ਸੋਚ ਉੱਚੀ ਹੋਏਗੀ, ਮਨ ਕਰਕੇ ਵਾਹਿਗੁਰੂ ਚੇਤੇ ਰਹੇਗਾ, ਮਨ ਬੁਰਾ ਨਹੀਂ ਸੋਚੇਗਾ, ਉਸ ਚੰਗੀ ਸੋਚ ਵਿੱਚੋਂ ਚੰਗੇ ਕਰਮ ਜਨਮ ਲੈਣਗੇ, ਚੰਗੀ ਬੋਲਬਾਣੀ ਜਨਮ ਲਏਗੀ। ਵਾਹਿਗੁਰੂ 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 ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਯਾਦ ਰੱਖਿਓ, ਧਰਮੀ ਬੰਦਾ ਸਵਾਰਥੀ ਨਹੀਂ ਹੁੰਦਾ। ਆਪਣੇ ਘਰ 'ਚ ਫੁੱਲਾਂ ਦੀ ਬਗੀਚੀ ਖੜਾ ਲਈ, ਮੇਰੇ ਘਰ ਸੁਗੰਧੀ ਰਹੇ, ਪਰ ਜੇ ਬਾਹਰ ਕੂੜੇ ਦੇ ਢੇਰ ਲੱਗੇ ਹੋਣ, ਸੁਗੰਧੀ ਕਿੰਨਾ ਕੁ ਚਿਰ ਰਹੇਗੀ? ਘਰ ਦੀ ਸੁਗੰਧੀ ਵੀ ਮਰ ਜਾਏਗੀ।
फिर धर्मी नूं की करना पेगा, बाहर की सफाई भी करनी पेगी, आले दुआले नूं भी साफ करना पेगा। जो आले दुआले की सफाई करेगा उदों इहदी अपनी घर की बगीची के फुलां की सुगंधी कायम रहेगी, इहदा घर भी सुगंधित होएगा, सुगंधी बाहर तक जाएगी, राही मुसाफिर भी खुशी लेके जाएंगे। जदों धर्मी मनुख मन करके कर्मा करके बचना करके वाहगुरु सिमरदा है, उहदे सिमरन दे नाल केवल उहनूं सुख नहीं मिलदा, उहदे सारे संसार नूं सुख मिल जांदा है। चित आमन का सदका सर्व सुख होवे, सारी दुनिया च सुख फैल जांदा है। जो चंगा सोचदा है दुनिया का भला हुंदा है, जो चंगा बोलदा है मिठा बोलदा है तां वी दूजे नूं खुशी मिलदी है, जो हत्थी किसी की सेवा करदा है किसी का भला हुंदा है। चित आमन का सदका सर्व सुख होवे, गुरु दसेगा भगती किवें करनी है, गुरु तो बिना जाच नहीं आउंदी, मन वचन कर्म करके ही वाहगुरु का सिमरन हो सकता है। सोच विच वाहगुरु याद रहे, बचना करके रब याद रहे, कर्मा करके रब याद रहे, बिन गुरु भगत ना पाई है जे लोचै सब कोई, गुरु दी भगत गुरु तो बिना भगती नहीं पाई जाती, कोई किन्नी भी तांग क्यों ना करदा फिरे। जा फिर जाने अपना तन मन गै तरे, सुहागनी कर्म कमाम दियां सेई कर्म करे। जदों जीव स्त्री फिर प्रभु पति नूं पा जांदी है, अपना तन अपना मन अगे रख दिंदी, समर्पित हो जांदी है, उहदे मन विच भी रब्बी याद, उहदा तन भी जिहड़ा शुभ कर्म करदा है। सुहागनी कर्म कमाम दियां, जिवें सुहागणा शुभ कर्म करदियां ने सेई कर्म करे, इह भी उहनां गुरमुखां वांगू जीव कर्म करन लग जांदा है। सहजे साच मिलावड़ा, साच वड्याई दे सुभावक ही सच विच मिल के वह जीव समा जाता है, सच्चा प्रभु अपनी वड्याई अपना विड़प्पण दे दिंदा है। लख चौरासी फेर पया कामण दूजै पाए, बिन गुरनींद ना आवई दुखी रहण बिहाए। रहाओ तो बाद दूसरा बंद, लख चौरासी फेर पया कामण दूजै पाए। जो जीव स्त्री प्रभु नूं छड़ के द्वैश प्यार विच जुड़ जाती है, 84 लख जूनां दे गेड़ चक्कर च फसी रहिंदी है, बिन गुर नींद ना आवई दुखी रहण वी हाए, बिना गुरु तो बिना गुरु दे मिलाप तो उहदे जीवन विच नींद नहीं, मन नूं सारी जिंदगी दी रात उह दुखां च बतीत कर दिंदी है। बिन शब्द है बिर ना पाईए बिरथा जन्म गवाए, बिना शब्द तो प्रभु पाया नहीं जा सकता, बिना गुरु दे ज्ञान तो प्रभु नूं पाया नहीं जा सकता, अपना मनुख जीवन व्यर्थ गवा जांदा है। हों हों करती जग फिरी ना धन संपै नाल, जीव स्त्री हों मैं मेरी च खचत हो के जगत च भटकती फिरदी रही। ते जगत विच भटकी जिहड़ी संपदा जिहड़ी जायदाद जिहड़ा धन जोड़िया वह धन भी नाल नहीं तुरिया। अंधी नाम ना चेतई सब वाधी जमकाल, अग्ञानता विच अन्नी लुकाई जिन्हें प्रभु का नाम चेते नहीं किया। मौत दे जाल दे विच मौत दे काल विच कुल लुकाई बन्नी पई है, सतगुर मिले हैं धन पाया हर नामा हृदय संभाल। हाँ जदों सच्चा गुरु मिल जाता है नाम का खजाना प्राप्त हो जाता है, वह जीव हरी प्रभु दे नाम नूं हिरदे च संभाल लैंदा है। नाम रते से निर्मले गुर कै सहज सुभाए, मन तन दाता रंग स्यों रसना रसन रसाए। नाम रते से निर्मले जिहड़े नाम दे विच गुणोंद हो गए वह माया दी मैल तो रहत हो गए। गुर कै सहज सुभाए गुरु दे सुभावक की प्रेम दे विच टिक के अड़ोल हो गए। मन तन राता रंग स्यों रसना रसन रसाए, उन्हां दा मन उन्हां दा तन प्रभु दे नाम रंग विच गुणोंद हो गया रत्या गया। उन्हां दी रसना जिहड़ी है नाम रस नूं बणन लग पई, वह प्रभु दर प्रवान हो गए अपने आप नूं समर्पित कर गए। नाम रते से निर्मले गुर कै सहज सुभाए, मन तन राता रंग स्यों रसना रसन रसाए। सचमुच जिहड़े झुक जांदे ने उह समर्पित हो जांदे ने। कदी कलगीधर पातशाह ने दरबार दे विच एक सवाल कीता सी, सवेर दा समां कीर्तन दी समाप्ति होई, कलगीधर पातशाह रोज़ कथा करदे सन, अज बोले नहीं अज चुप चाप बैठे रहे, सारियां संगतां दा ध्यान चला गया सतगुरु पातशाह वल, सतगुरु हुण बचन करनगे हुण बचन करनगे। 2 मिंट 4 मिंट 5 मिंट 10 मिंट लंघ गए, सतगुरु बोले नहीं, सिख हैरान ने। सतगुरु पातशाह ने सेवादार नूं इशारा किया, दौड़िया आया सेवादार, कहन लगा जी हुक्म, सतगुरु पातशाह कहन लगे जल लियाओ।
ਕਹਿਣ ਲੱਗੇ ਸਤਿਗੁਰੂ ਪਿਆਸ ਲੱਗੀ, ਕਹਿਣ ਲੱਗੇ ਪਿਆਸ ਨਹੀਂ ਪਾਣੀ ਦੀ ਬਾਲਟੀ ਭਰ ਕੇ ਲਿਆਓ। ਸੰਗਤਾਂ ਬੜੀਆਂ ਹੈਰਾਨ ਹੋਈਆਂ, ਪਾਣੀ ਦੀ ਬਾਲਟੀ ਦਰਬਾਰ ਵਿੱਚ, ਲੱਗਦਾ ਕੋਈ ਸਿੱਖ ਇਸ਼ਨਾਨ ਨਹੀਂ ਕਰਕੇ ਆਇਆ, ਇਸ਼ਨਾਨ ਇੱਥੇ ਕਰਾਉਣਗੇ ਉਹਦਾ। ਸੇਵਾਦਾਰ ਪਾਣੀ ਦੀ ਬਾਲਟੀ ਲੈ ਕੇ ਆਇਆ, ਸਤਿਗੁਰੂ ਪਾਤਸ਼ਾਹ ਨੇ ਜੇਬ ਵਿੱਚੋਂ ਇੱਕ ਚਿੱਟੇ ਰੰਗ ਦਾ ਪੱਥਰ ਕੱਢਿਆ, ਸੰਗਮਰਮਰ ਪੱਥਰ ਕੱਢਿਆ, ਔਰ ਪੱਥਰ ਨੂੰ ਸਾਹਮਣੇ ਦਿਖਾ ਕੇ ਸੰਗਤਾਂ ਨੂੰ ਪੁੱਛਦੇ ਨੇ, ਪਹਿਲਾ ਸਵਾਲ ਕੀਤਾ ਸਾਧ ਸੰਗਤ ਸਾਡੇ ਹੱਥ ਵਿੱਚ ਕੀ ਹੈ? ਸਿੱਖ ਕਹਿਣ ਲੱਗੇ ਸਤਿਗੁਰੂ ਪੱਥਰ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੇਖ ਲਓ, ਕਈ ਦੇਖਣ ਵੀ ਆਏ, ਹਾਂ ਸਤਿਗੁਰੂ ਪੱਥਰ ਹੈ। ਕਹਿਣ ਲੱਗੇ ਠੀਕ, ਸੱਜੇ ਹੱਥ ਨਾਲ ਪੱਥਰ ਹਵਾ 'ਚ ਉਛਾਲਿਆ, ਖੱਬੇ ਨਾਲ ਫੜ ਲਿਆ, ਖੱਬੇ ਨਾਲ ਹਵਾ 'ਚ ਉਛਾਲਿਆ, ਸੱਜੇ ਨਾਲ ਫੜ ਲਿਆ। ਕਿੰਨਾ ਚਿਰ ਪੱਥਰ ਨੂੰ ਹਵਾ 'ਚ ਉਛਾਲਦੇ ਰਹੇ, ਫੜਦੇ ਰਹੇ, ਉਛਾਲਦੇ ਰਹੇ, ਫੜਦੇ ਰਹੇ, ਅਚਾਨਕ ਪੱਥਰ ਨੂੰ ਹੱਥ 'ਚ ਫੜਿਆ, ਬਾਲਟੀ ਪਾਣੀ ਦੇ ਵਿੱਚ ਸੁੱਟ ਦਿੱਤਾ। ਦੂਜਾ ਸਵਾਲ ਕੀਤਾ, ਸਾਧ ਸੰਗਤ ਇਹ ਦੱਸੋ, ਪੱਥਰ ਡੁੱਬ ਗਿਆ ਕਿ ਤਰ ਗਿਆ? ਸਿੱਖ ਕਹਿਣ ਲੱਗੇ ਸਤਿਗੁਰੂ ਡੁੱਬ ਗਿਆ, ਪੱਥਰ ਵੀ ਕਦੇ ਤਰਦੇ ਹੁੰਦੇ ਨੇ, ਪੱਥਰ ਡੁੱਬ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੀਜਾ ਸਵਾਲ, ਹੁਣ ਇਹ ਦੱਸੋ ਪੱਥਰ ਡੁੱਬਿਆ ਕਿਉਂ? ਕਿਸੇ ਨੇ ਜਵਾਬ ਦਿੱਤਾ, ਸਤਿਗੁਰੂ ਪੱਥਰ ਭਾਰਾ ਸੀ, ਆਪਣੇ ਭਾਰ ਨਾਲ ਹੀ ਡੁੱਬ ਗਿਆ। ਕਿਸੇ ਨੇ ਜਵਾਬ ਦਿੱਤਾ, ਸਤਿਗੁਰੂ ਅਸਲ 'ਚ ਪਾਣੀ ਦੁਸ਼ਮਣ ਹੈ ਪੱਥਰ ਦਾ, ਪੱਥਰ ਭਾਰਾ ਵੀ ਨਾ ਹੋਵੇ, ਰੇਤ ਦਾ ਕਣ ਹੋਵੇ, ਪਾਣੀ 'ਤੇ ਤਾਂ ਵੀ ਡੋਬ ਦਿੰਦਾ, ਪਾਣੀ ਦੁਸ਼ਮਣ ਹੈ, ਉਹਨੇ ਡੋਬਿਆ। ਅਤੇ ਭਾਈ ਨੰਦ ਲਾਲ ਸਾਹਮਣੇ ਬੈਠੇ ਸਨ, ਸਤਿਗੁਰੂ ਕਹਿਣ ਲੱਗੇ ਭਾਈ ਨੰਦ ਲਾਲ ਤੁਸੀਂ ਜਵਾਬ ਨਹੀਂ ਦਿੱਤਾ, ਤੁਸੀਂ ਤਾਂ ਏਡੇ ਵਿਦਵਾਨ ਹੋ, ਤੁਸੀਂ ਵੀ ਜਵਾਬ ਦਿਓ। ਭਾਈ ਸਾਹਿਬ ਸਿਰ ਨੀਵਾਂ ਕਰਕੇ ਬੈਠੇ ਰਹੇ, ਫਿਰ ਆਵਾਜ਼ ਦਿੱਤੀ, ਭਾਈ ਸਾਹਿਬ ਤੁਹਾਨੂੰ ਅਸੀਂ ਆਖਦੇ ਹਾਂ, ਜਵਾਬ ਦਿਓ, ਦੱਸੋ ਪੱਥਰ ਪਾਣੀ 'ਚ ਕਿਉਂ ਡੁੱਬਿਆ? ਭਾਈ ਸਾਹਿਬ ਬੈਠੇ ਰਹੇ, ਸਤਿਗੁਰੂ ਕਹਿਣ ਲੱਗੇ ਭਾਈ ਨੰਦ ਲਾਲ ਜਵਾਬ ਦਿਓ, ਮੂੰਹ ਤਾਂ ਚੁੱਕੋ। ਜਦੋਂ ਮੂੰਹ ਤਾਂ ਚੁੱਕਿਆ, ਭਾਈ ਨੰਦ ਲਾਲ ਜੀ ਰੋ ਰਹੇ ਨੇ। ਸਤਿਗੁਰੂ ਕਹਿਣ ਲੱਗੇ ਭਾਈ ਨੰਦ ਲਾਲ ਰੋ ਕਿਉਂ ਰਹੇ ਹੋ? ਸਵਾਲ ਕੀਤਾ ਤਾਂ ਜਵਾਬ ਦਿਓ, ਖੜ੍ਹੇ ਹੋਵੋ। ਭਾਈ ਨੰਦ ਲਾਲ ਹੱਥ ਜੋੜ ਕੇ ਖੜ੍ਹੇ ਹੋਏ, ਕਹਿਣ ਲੱਗੇ ਪਤਾ ਨਹੀਂ। ਸਤਿਗੁਰੂ ਕਹਿਣ ਲੱਗੇ ਗੁਰੂ ਦਾ ਹੁਕਮ ਦੱਸੋ, ਪੱਥਰ ਪਾਣੀ 'ਚ ਕਿਉਂ ਡੁੱਬਿਆ? ਗੁਰੂ ਦਾ ਹੁਕਮ ਹੈ। ਅਤੇ ਭਾਈ ਨੰਦ ਲਾਲ ਆਖਦੇ ਨੇ, ਸਤਿਗੁਰੂ ਮੈਨੂੰ ਇਹ ਨਹੀਂ ਪਤਾ ਪੱਥਰ ਭਾਰਾ ਸੀ ਤਾਂ ਡੁੱਬਿਆ, ਮੈਂ ਇਹ ਨਹੀਂ ਜਾਣਦਾ ਪਾਣੀ ਦੁਸ਼ਮਣ ਉਹਨੇ ਡੁੱਬਿਆ, ਮੈਨੂੰ ਬਸ ਇੰਨਾ ਕੁ ਪਤਾ ਸਤਿਗੁਰੂ, ਜਿੰਨਾ ਚਿਰ ਤੇਰੇ ਮੁਬਾਰਕ ਹੱਥਾਂ 'ਚ ਸੀ, ਹਵਾ 'ਚ ਛਾਲਾਂ ਮਾਰਦਾ ਫਿਰਦਾ ਸੀ, ਅਠਖੇਲੀਆਂ ਕਰਦਾ ਸੀ, ਜਦੋਂ ਤੁਹਾਡੇ ਮੁਬਾਰਕ ਹੱਥਾਂ ਤੋਂ ਵਿਛੜ ਗਿਆ, ਪਾਣੀ 'ਚ ਡੁੱਬ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਿੱਖਿਆ ਕੀ ਮਿਲੀ? ਭਾਈ ਸਾਹਿਬ ਆਖਦੇ ਨੇ, ਉਹ ਸਿੱਖੋ ਗੁਰੂ ਦੇ ਹੱਥਾਂ 'ਚ ਰਹੋਗੇ, ਖੁਸ਼ੀਆਂ ਮਾਣਦੇ ਰਹੋਗੇ, ਆਨੰਦਿਤ ਰਹੋਗੇ, ਜਿੱਦਣ ਗੁਰੂ ਦੇ ਮੁਬਾਰਕ ਹੱਥਾਂ 'ਚੋਂ ਵਿਛੜ ਜਾਓਗੇ, ਪਾਣੀ ਦੀ ਬਾਲਟੀ ਛੱਡੋ, ਭਵ ਸਾਗਰ ਭਵਜਲ ਡੋਬ ਦੇਗਾ। ਗੁਰੂ ਤੋਂ ਵਿਛੜ ਕੇ ਭਵਜਲ ਸਾਗਰ 'ਚ ਡੁੱਬ ਜਾਓਗੇ, ਅਤੇ ਗੁਰੂ ਨਾਲ ਜੁੜ ਕੇ ਭਵਜਲ ਸਾਗਰ ਵੀ ਤੁਹਾਨੂੰ ਡੋਬ ਨਹੀਂ ਸਕਦਾ। ਗੁਰੂ ਤੋਂ ਵਿਛੜ ਗਏ, ਸਮਝ ਲਓ ਤੁਹਾਨੂੰ ਡੁੱਬਣ ਵਾਸਤੇ ਪਾਣੀ ਵੀ ਨਹੀਂ ਚਾਹੀਦਾ। ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਗਤ ਨਹੀਂ ਇਹ ਕਹਿ ਜਾਨੀ, ਫੂਟੀ ਆਖਿਆ ਕਿਛੂ ਨਾ ਸੂਝੈ ਬੂਡ ਮੋਏ, ਬਿਨ ਪਾਣੀ ਗੁਰੂ ਤੋਂ ਵਿਛੜ ਕੇ ਬਿਨਾਂ ਪਾਣੀ ਤੋਂ ਹੀ ਡੁੱਬ ਗਏ, ਹਾਂ ਗੁਰੂ ਨਾਲ ਜੁੜੇ ਰਹੋਗੇ, ਭਵਜਲ ਸਾਗਰ ਵੀ ਡੁੱਬ ਨਹੀਂ ਸਕੇਗਾ। ਜਿਹੜੇ ਗੁਰੂ ਦੇ ਨਾਲ ਜੁੜ ਜਾਂਦੇ ਨੇ, ਗੁਰਮੁਖ ਨਾਨਕ ਰੰਗ ਨਾ ਉਤਰੈ ਜੋ ਹਰ ਤੁਰ ਛੋਡਿਆ ਲਾਏ। ਕਹਿਣ ਲੱਗੇ ਜਿਹੜੇ ਨਾਮ 'ਚ ਰੱਤੇ ਜਾਂਦੇ ਨੇ, ਨਾਮ ਦਾ ਰੰਗ ਉਹਨਾਂ ਦਾ ਜੀਵਨ ਦਾ ਕਦੇ ਨਹੀਂ ਉਤਰਦਾ। ਹੇ ਨਾਨਕ ਉਹ ਪ੍ਰਭੂ ਦੇ ਦਰ 'ਤੇ ਪ੍ਰਮਾਣ ਛੱਡ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਅਸੀਂ ਵੀ ਗੁਰੂ ਦੇ ਮੁਬਾਰਕ ਹੱਥਾਂ ਵਿੱਚ ਆ ਜਾਈਏ। ਮੁਬਾਰਕ ਹੱਥਾਂ ਵਿੱਚ ਆਉਣ ਦਾ ਭਾਵ ਗੁਰੂ ਦੇ ਹੁਕਮਾਂ 'ਚ ਆ ਜਾਣਾ, ਗੁਰੂ ਦੇ ਸ਼ਬਦ ਮੁਤਾਬਕ ਜ਼ਿੰਦਗੀ ਨੂੰ ਜਿਉਣਾ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਸਾਧ ਸੰਗਤ ਦਾ, ਪ੍ਰਬੰਧਕ ਜਨਾਂ ਦਾ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਕੋਟਾਨ ਕੋਟ ਧੰਨਵਾਦ ਪ੍ਰਬੰਧਕ ਜਨਾਂ ਦਾ ਜਿਨ੍ਹਾਂ ਇੰਨਾ ਮਾਣ ਸਤਿਕਾਰ ਦਿੱਤਾ ਹੈ, ਅਤੇ ਨਾਲ ਹੀ ਸਤਿਕਾਰਯੋਗ ਭਾਈ ਆਗਿਆ ਸਿੰਘ ਜੀ, ਸਰਦਾਰ ਆਗਿਆ ਸਿੰਘ ਜੀ ਜੋ ਰੋਜ਼ ਇੱਥੇ ਲੈ ਕੇ ਆਉਂਦੇ ਨੇ, ਛੱਡ ਕੇ ਆਉਂਦੇ ਨੇ, ਭਾਈ ਪਾਲ ਸਾਹਿਬ ਜੀ ਜਿਹੜੇ ਜਿਨ੍ਹਾਂ ਦੇ ਘਰ ਮੈਂ ਠਹਿਰਿਆ ਹੋਇਆ, ਉਹਨਾਂ ਨੇ ਵੀ ਬੇਹੱਦ ਮਾਣ